ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 올 ਸਬਜੈਕਟ ਮੌਕ ਟੈਸਟ ਕਵਰ ਜਿਵੇਂ ਕਿ ਤੁਹਾਨੂੰ ਪਤਾ ਹੈ ਹਰੇਕ ਸੰਡੇ ਸਾਡਾ ਵੀਕਲੀ ਮੌਕ ਟੈਸਟ ਹੁੰਦਾ ਤੇ ਅੱਜ ਦੇ ਇਸ ਮੌਕ ਟੈਸਟ ਦੇ ਵਿੱਚ ਅਸੀਂ 100 ਐਮਸੀਕਿਊ ਕਵਰ ਕਰਨ ਵਾਲੀਆਂ ਹਾਂ ਜੀ 100 ਐਮਸੀਕਿਊ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਤੇ ਅੱਜ ਦੇ ਇਸ ਮੌਕ ਟੈਸਟ ਦੇ ਵਿੱਚ ਅਸੀਂ ਜੀਕੇ ਕੰਪਿਊਟਰ ਮੈਥ ਰੀਜ਼ਨਿੰਗ ਪੰਜਾਬੀ ਦੇ ਇੰਪੋਰਟੈਂਟ ਐਮਸੀਕਿਊ ਲਈ ਆ ਜਿਹੜੇ ਕਿ ਅਲਗ-ਅਲਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਆਲਸ ਆਲਮੋਸਟ ਜਿਹੜਾ ਸਿਲੇਬਸ ਹੈ ਉਹ ਸੇਮ ਹੁੰਦਾ ਤੇ ਕਾਮਨ ਟਾਪਿਕ ਦੇ ਵਿੱਚੋਂ ਮੈਂ ਤੁਹਾਡੇ ਲਈ ਜੋ ਵੀਕਲੀ ਮੌਕ ਟੈਸਟ ਤਿਆਰ ਕੀਤਾ ਇਹ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਇੰਪੋਰਟੈਂਟ ਆ ਤੁਸੀਂ ਹਰੇਕ ਐਮਸੀਕਿਊ ਨੂੰ ਐਜ਼ ਅ ਟੈਸਟ ਮੰਨ ਕੇ ਕਰਿਓ ਅਤੇ ਮੈਂ ਤੁਹਾਨੂੰ ਤੁਹਾਡਾ ਆਨਸਰ ਸੋਚਣ ਦੇ ਲਈ 3 ਸੈਕਿੰਡ ਦਾ ਸਮਾਂ ਦਵਾਂਗੀ ਤਾਂ ਜਲਦੀ ਨਾਲ ਆਪਣਾ ਜਿਹੜਾ ਕਾਪੀ ਪੈਨਾ ਉਠਾ ਲਓ ਜੇਕਰ ਤੁਹਾਡੇ ਕੋਲ ਇਸ ਟਾਈਮ ਕਾਪੀ ਪੈਨ ਨਹੀਂਗਾ ਤਾਂ ਤੁਸੀਂ ਆਪਣੇ ਆਨਸਰ ਕਮੈਂਟ ਬਾਕਸ ਦੇ ਵਿੱਚ ਵੀ ਸੈਂਡ ਕਰ ਸਕਦੇ ਹੋ ਤੇ ਮੇਰੇ ਨਾਲ ਮੈਚ ਕਰਦੇ ਜਾਣਾ ਤੇ ਲਾਸਟ ਦੇ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਐਮਸੀਕਿਊ ਸਹੀ ਗਏ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਭਾਰਤ ਕਿਹੜੇ ਮਹਾਦੀਪ ਵਿੱਚ ਆਉਂਦਾ ਹੈ ਹਾਂਜੀ ਭਾਰਤ ਕਿਹੜੇ ਮਹਾਦੀਪ ਵਿੱਚ ਆਉਂਦਾ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੀ ਸਾਡੀ ਧਰਤੀ ਹੈ ਉਹ ਪੂਰੀ ਗੋਲ ਆ ਠੀਕ ਹੈ ਗੋਲ ਵੀ ਨਹੀਂ ਕਹਿ ਸਕਦੇ ਚਲੋ ਆਂਡਾ ਕਰਾ ਉਹਦੇ ਵਿੱਚ ਨਾ ਲੈਂਡਮਾਰਕ ਆ ਛੋਟੇ ਛੋਟੇ ਲੈਂਡਮਾਰਕ ਆ ਠੀਕ ਹੈ ਕਿੰਨੇ ਲੈਂਡਮਾਰਕ ਆ ਇਹ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਲੈਂਡਮਾਰਕ ਮਤਲਬ ਹੁੰਦਾ ਜ਼ਮੀਨ ਵਾਲਾ ਏਰੀਆ ਠੀਕ ਹੈ ਤੇ ਸਾਡੀ ਧਰਤੀ ਦੇ ਉੱਪਰ ਜਿਹੜਾ ਜ਼ਮੀਨ ਵਾਲਾ ਏਰੀਆ ਵਾਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹਨੂੰ ਕਹਿੰਦੇ ਆ ਅਸੀਂ ਮਹਾਦੀਪ ਤੇ ਮਹਾਦੀਪ ਨੇ ਸੱਤ ਠੀਕ ਹੈ ਉਹ ਮਹਾਦੀਪ ਕਿੰਨੇ ਨੇ ਇਹ ਮਹਾਦੀਪ ਹੈਗੇ ਆ ਜੀ ਸੱਤ ਆ ਤੇ ਜਿੰਨਾ ਬਾਰੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ ਇਸ ਤਰ੍ਹਾਂ ਕੁਝ ਲੈਂਡਮਾਰਕ ਬਾਕੀ ਸਾਰਾ ਕੀ ਆ ਪਾਣੀ ਆ ਬਾਕੀ ਸਾਰਾ ਪਾਣੀ ਆ ਧਰਤੀ ਤੇ ਜਿਵੇਂ ਆਪਾਂ ਇੱਥੇ ਕਹਿ ਲਈਏ ਸਾਰਾ ਪਾਣੀ ਆ ਤੇ ਇਹ ਜਿਹੜੇ ਮਹਾਦੀਪ ਨੇ ਮਹਾਦੀਪ ਕਿਹੜੇ ਆ ਆਪਣੇ ਜਿਹੜਾ ਇੰਡੀਆ ਵਾਲਾ ਵਾ ਤੇ ਇਹ ਹੈਗਾ ਜੀ ਏਸ਼ੀਆ ਮਹਾਦੀਪ ਠੀਕ ਹੈ ਏਸ਼ੀਆ ਮਹਾਦੀਪ ਦੇ ਵਿੱਚ ਸਾਡਾ ਭਾਰਤ ਆ ਜਿਹੜਾ ਆਉਂਦਾ ਵਾ ਮਹਾਦੀਪ ਜਿੰਨੇ ਕੀ ਮੈਂ ਤੁਹਾਨੂੰ ਦੱਸਿਆ ਸੱਤ ਆ ਕਿਹੜੇ-ਕਿਹੜੇ ਏਸ਼ੀਆ ਅਫਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਅੰਟਾਰਕਟਿਕਾ ਯੂਰਪ ਤੇ ਆਸਟ੍ਰੇਲੀਆ ਤੇ ਇਹਨਾਂ ਦੇ ਵਿੱਚੋਂ ਏਸ਼ੀਆ ਦੇ ਵਿੱਚ ਆਉਂਦਾ ਭਾਰਤ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਹੀ ਚੋਣ ਕਰੋ ਹਾਂਜੀ ਤੁਸੀਂ ਸਹੀ ਚੋਣ ਕਰਨੀ ਆ ਇੱਕ ਸਾਈਡ ਮੇ ਗੁਰੂਆਂ ਦੇ ਨਾਮ ਲਿਖੇ ਹੋਏ ਆ ਤੇ ਦੂਸਰੀ ਸਾਈਡ ਪ੍ਰਥਾ ਲਿਖੀ ਹੋਈ ਆ ਕਿ ਕਿਹੜੇ ਗੁਰੂ ਸਹਿਬਾਨ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ ਆ ਠੀਕ ਹੈ ਤਾਂ ਆਪਾਂ ਸਹੀ ਦੀ ਚੋਣ ਕਰਨੀ ਆ ਸਭ ਤੋਂ ਪਹਿਲਾਂ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਆ ਮਸੰਦ ਪ੍ਰਥਾ ਪਰ ਇੱਥੇ ਮੰਜੀ ਪ੍ਰਥਾ ਲਿਖਿਆ ਏ ਆਪਸ਼ਨ ਗਲਤ ਆ ਅੱਗੇ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਆ ਮੰਜੀ ਪ੍ਰਥਾ ਪਰ ਇੱਥੇ ਮਸੰਦ ਪ੍ਰਥਾ ਲਿਖਿਆ ਇਹ ਵੀ ਗਲਤ ਆ ਠੀਕ ਹੈ ਕਿਉਂਕਿ ਜਿਹੜੀ ਮਸੰਦ ਪ੍ਰਥਾ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਹੈ ਗੁਰੂ ਰਾਮਦਾਸ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਹੈ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਪ੍ਰਥਾ ਸ਼ੁਰੂ ਕੀਤੀ ਹੈ ਇਹ ਬਿਲਕੁਲ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਲਖ ਖਾੜਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਪੌਂਟਾ ਸਾਹਿਬ ਦੀ ਸਥਾਪਨਾ ਕੀਤੀ ਆ ਠੀਕ ਹੈ ਮਸੰਦ ਪ੍ਰਥਾ ਨੂੰ ਖਤਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਹਨਾਂ ਦਾ ਮਲਖ ਖਾੜਾ ਨਾਲ ਲਿੰਕ ਨਹੀਂਗਾ ਮਲਖ ਖਾੜਾ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤਾ ਸੀ ਦਾ ਆਪਸ਼ਨ ਇਥੇ ਸੀ ਰਾਈਟ ਆਨਸਰ ਹੈ ਨੈਕਸਟ ਹੈ ਰਿਗਵੇਦ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਹਾਂਜੀ ਰਿਗਵੇਦ ਦੇ ਵਿੱਚ ਪੰਜਾਬ ਨੂੰ ਨਾਮ ਦਿੱਤਾ ਗਿਆ ਕੀ ਨਾਮ ਦਿੱਤਾ ਗਿਆ ਸੰਪਤ ਸਿੱਧੂ ਆਪਸ਼ਨ ਨੰਬਰ ਏ ਆੜਾ ਇਥੇ ਰਾਈਟ ਆਨਸਰ ਹੈ ਜਾਨੀ ਕਿ ਆਪਸ਼ਨ ਬੀ ਬੋਲ ਸਕਦੇ ਹਾਂ ਰਿਗਵੇਦ ਦੇ ਵਿੱਚ ਪੰਜਾਬ ਨੂੰ ਆੜਾ ਆਪਸ਼ਨ ਜਾਨੀ ਕਿ ਸੰਪਤ ਸਿੱਧੂ ਦਾ ਨਾਮ ਦਿੱਤਾ ਗਿਆ ਮਹਾਭਾਰਤ ਅਤੇ ਰਮਾਇਣ ਦੇ ਵਿੱਚ ਪੰਜਾਬ ਨੂੰ ਪੰਜ ਅਨੰਦ ਦਾ ਪੰਜ ਅਨੰਦ ਦਾ ਨਾਮ ਦਿੱਤਾ ਗਿਆ ਪੈਂਟਾਪੋਟਾਮੀਆ ਦਾ ਨਾਮ ਸਾਨੂੰ ਪੰਜਾਬ ਨੂੰ ਦਿੱਤਾ ਸੀਗਾ ਯੂਨਾਨੀਆਂ ਨੇ ਨੈਕਸਟ ਹੈ ਪਰਾਚੀਨ ਪੰਜਾਬ ਵਿੱਚ ਕਿੰਨੇ ਦਰਿਆ ਵਹਿੰਦੇ ਹਨ ਹਾਂਜੀ ਪਰਾਚੀਨ ਪੰਜਾਬ ਦੇ ਵਿੱਚ ਕਿੰਨੇ ਦਰਿਆ ਵਹਿੰਦੇ ਸੀ ਤਾਂ ਪਰਾਚੀਨ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਪਹਿਲਾਂ ਦੇ ਪੰਜਾਬ ਦੀ ਪਹਿਲਾਂ ਦੇ ਪੰਜਾਬ ਦੇ ਵਿੱਚ ਕਿੰਨੇ ਦਰਿਆ ਵਹਿੰਦੇ ਸੀ ਸੱਤ ਇਸੇ ਕਰਕੇ ਤਾਂ ਸੰਪਤ ਸਿੱਧੂ ਬੋਲਿਆ ਜਾਂਦਾ ਸੀ ਨਾ ਆਪਸ਼ਨ ਏ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸੰਸਾਰ ਦੀ ਸਭ ਤੋਂ ਵੱਡੀ ਪਰਾਚੀਨ ਸਭਿਅਤਾ ਹੈ ਹਾਂਜੀ ਸਭਿਅਤਾ ਸੰਸਾਰ ਦੀ ਸਭ ਤੋਂ ਵੱਡੀ ਪਰਾਚੀਨ ਸਭਿਅਤਾ ਵਾਜੀ ਕਿਹੜੀ ਸਭਿਅਤਾ ਦੱਸੋ ਜਲਦੀ ਨਾਲ ਹੜੱਪਾ ਸਭਿਅਤਾ ਹੜੱਪਾ ਸਭਿਅਤਾ ਨੂੰ ਅਸੀਂ ਕੀ ਬੋਲ ਦਿੰਨੇ ਆ ਸਿੰਧ ਘਾਟੀ ਦੀ ਸਭਿਅਤਾ ਕਿਉਂਕਿ ਸਿੰਧ ਘਾਟੀ ਦੀ ਸਭਿਅਤਾ ਦਾ ਵਿੱਚ ਕੀ ਸੀਗਾ ਖੋਜਾਂ ਹੋਈਆਂ ਸੀ ਕਾਹਦੀਆਂ ਖੋਜਾਂ ਹੋਈਆਂ ਸੀ ਖੁਦਾਈ ਹੋਈ ਸੀ ਧਰਤੀ ਦੀ ਤੇ ਸਭ ਤੋਂ ਪਹਿਲਾਂ ਹੜੱਪਾ ਦੀ ਖੁਦਾਈ ਹੋਈ ਸੀਗੀ ਹੜੱਪਾ ਪਾਕਿਸਤਾਨ ਦੇ ਵਿੱਚ ਆ ਠੀਕ ਹੈ ਇਸ ਕਰਕੇ ਇਸ ਨੂੰ ਹੜੱਪਾ ਸਭਿਅਤਾ ਬੋਲ ਦਿੱਤਾ ਜਾਂਦਾ ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਮੰਗੋਲ ਹਮਲਿਆਂ ਤੋਂ ਸੁਰੱਖਿਆ ਲਈ ਬਲਬਨ ਨੇ ਕਿਹੜੀ ਨੀਤੀ ਅਪਣਾਈ ਸੀ ਹਾਂਜੀ ਮੰਗੋਲ ਹਮਲਿਆਂ ਤੋਂ ਸੁਰੱਖਿਆ ਦੇ ਲਈ ਬਲਬਨ ਨੇ ਲੋਹੇ ਲਹੂ ਤੇ ਲੋਹੇ ਦੀ ਨੀਤੀ ਅਪਣਾਈ ਸੀ ਆਪਸ਼ਨ ਨੰਬਰ ਉੜਾਈਸਾ ਰਾਈਟ ਆਨਸਰ ਠੀਕ ਹੈ ਤੁਸੀਂ ਯਾਦ ਰੱਖਣਾ ਨੈਕਸਟ ਹੈ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਮੁਗਲ ਸ਼ਾਸਕ ਕੌਣ ਸੀ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਮੁਗਲ ਸ਼ਾਸਕ ਕੌਣ ਸੀਗੇ ਤਾਂ ਇਹ ਸੀ ਜੀ ਬਾਬਰ অপਸ਼ਨ B ਇਸ ਦਾ রাইਟ ਆਨਸਰ ਤੁਹਾਨੂੰ ਇਹ ਪੁੱਛਿਆ ਜਾ ਸਕਦਾ ਕਿ ਬਾਬਰ ਨੇ ਆਪਣੇ ਕਿੰਨੇਵੇਂ ਹਮਲੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਸੀ ਤਾਂ ਤੀਜਾ ਹਮਲਾ ਸੀ ਉਹ ਠੀਕ ਹੈ ਨੈਕਸਟ ਹੈ ਇੱਥੇ ਜੇਕਰ ਆਪਾਂ ਹਮਾਂਜੂ ਦੀ ਗੱਲ ਕਰੀਏ ਹਮਾਂਜੂ ਅਤੇ ਸੇਰਸਾ ਸੂਰੀ ਕਿਹਦੇ ਸਮਕਾਲੀਨ ਸੀ ਗੁਰੂ ਅੰਗਦ ਦੇਵ ਜੀ ਦੇ ਠੀਕ ਹੈ ਤੇ ਇੱਥੇ ਜਹਾਗੀਰ ਦੀ ਗੱਲ ਕਰੀਏ ਤਾਂ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀਨ ਸੀ ਅਕਬਰ ਦੀ ਗੱਲ ਕਰੀਏ ਤਾਂ ਇਹ ਗੁਰੂ ਅਮਰਦਾਸ ਜੀ ਦੇ ਸਮਕਾਲੀਨ ਸੀ ਠੀਕ ਹੈ ਨੈਕਸਟ ਹੈ ਜੀ ਨਿਰਸਨ ਦੇ ਮੈਨੂੰ ਇਹ ਵਿਸ਼ਵਾਸ ਹੈ ਕਿ ਮੇਰੀ ਕਾਰਵਾਈ ਸਮੇਂ ਅਨੁਸਾਰ ਨਿਆਂਪੂਰਨ ਤੇ ਜ਼ਰੂਰੀ ਸੀ ਇਹ ਸ਼ਬਦ ਕਿਸ ਨੇ ਕਹੇ ਸਨ ਹਾਂਜੀ ਨਿਰਸਨ ਦੇ ਮੈਨੂੰ ਇਹ ਵਿਸ਼ਵਾਸ ਹੈ ਕਿ ਮੇਰੀ ਕਾਰਵਾਈ ਸਮੇਂ ਅਨੁਸਾਰ ਨਿਆਂਪੂਰਨ ਤੇ ਜ਼ਰੂਰੀ ਸੀ ਇਹ ਜਿਹੜੇ ਸ਼ਬਦ ਦਾ ਇਹ ਬੋਲੇ ਸੀ ਕਿੰਨਾ ਨੇ ਬੋਲੇ ਸੀਗੇ ਲਾਰਡ ਦਲਹੌਜੀ ਨੇ অপਸ਼ਨ ਨੰਬਰ ਆੜਾ ਇਸਾ ਰਾਈਟ ਆਨਸਰ ਲਾਰਡ ਦਲਹੌਜੀ ਨੈਕਸਟ ਹੈ ਪੰਜਾਬ ਦੀ ਵੰਡ 1947 ਈਸਵੀ ਦੀ ਕਿਹੜੀ ਯੋਜਨਾ ਦੇ ਅਧੀਨ ਹੋਈ? ਹਾਂਜੀ ਪੰਜਾਬ ਦੀ 1947 ਦੇ ਵਿੱਚ ਵੰਡ ਹੋਈ ਸੀ ਤੇ ਉਹ ਕਿਹੜੀ ਯੋਜਨਾ ਦੇ ਅਧੀਨ ਹੋਈ ਸੀ ਇਹ ਤੁਹਾਨੂੰ ਪੁੱਛਿਆ ਜਾ ਰਿਹਾ। ਤਾਂ ਪੰਜਾਬ ਦੀ ਵੰਡ 1947 ਈਸਵੀ ਯੋਜਨਾਵਾਂ ਜਿਹੜੀ ਇਹ ਕਿਹੜੀ ਯੋਜਨਾ ਸੀਗੀ ਮਾਊਂਟ ਵੈਟਰਨ ਯੋਜਨਾ। ਆਪਸ਼ਨ ਨੰਬਰ ਈ ਡੀ ਇੱਥੇ ਰਾਈਟ ਆਨਸਰ ਹੈ। ਠੀਕ ਹੈ ਜੀ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਨੈਕਸਟ ਹੈ ਆਖਰੀ ਵਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ? ਹਾਂਜੀ ਲਾਸਟ ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਇਹ ਕਦੋਂ ਲਾਗੂ ਹੋਇਆ ਸੀ ਤਾਂ ਇਹ ਹੋਇਆ ਸੀ ਜੇ 1800 ਸੌਰੀ 1987 ਦੇ ਵਿੱਚ 1987 ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੋਇਆ ਸੀ ਨੈਕਸਟ ਹੈ ਕਾਂਗਰਸ ਪਾਰਟੀ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਹਾਂਜੀ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਕੌਣ ਸੀ ਕਾਂਗਰਸ ਦੇ ਪੁੱਛਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਪਹਿਲੇ ਮੁੱਖ ਮੰਤਰੀ ਸੀ ਜੀ ਡਾਕਟਰ ਗੋਪੀ ਚੰਦ ਭਾਰਗ ਤੇ ਹੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸੀ ਆਪਸ਼ਨ ਇੱਥੇ ਰਾਈਟ ਆਨਸਰ ਹੈ ਜੀ ਹਾਂ ਜੀ ਇੱਥੇ ਰਾਈਟ ਆਨਸਰ ਆਪਸ਼ਨ ਐ ਸਸਾ ਨੈਕਸਟ ਹੈ ਪੰਜਾਬ ਵਿੱਚ ਰਸਾਇਣਿਕ ਖਾਦ ਬਣਾਉਣ ਦਾ ਕਾਰਖਾਨਾ ਕਿੱਥੇ ਹੈ ਹਾਂ ਜੀ ਪੰਜਾਬ ਦੇ ਵਿੱਚ ਰਸਾਇਣਿਕ ਖਾਦ ਬਣਾਉਣ ਦਾ ਕਾਰਖਾਨਾ ਹੈ ਕਿੱਥੇ ਹੈ ਜੀ ਰੋਪੜ ਦੇ ਵਿੱਚ ਨੰਗਲ ਦੇ ਵਿੱਚ ਆਪਸ਼ਨ ਓ ਡਾਈਜ਼ਾ ਰਾਈਟ ਆਨਸਰ ਨੈਕਸਟ ਹੈ ਹਰੀ ਕ੍ਰਾਂਤੀ ਦਾ ਸਬੰਧ ਕਿਹੜੀ ਫਸਲ ਨਾਲ ਹੈ ਹਾਂਜੀ ਹਰੀ ਕ੍ਰਾਂਤੀ ਹੈ ਜਿਹੜੀ ਇੱਕ ਕਣਕ ਅਤੇ ਝੋਨੇ ਦੇ ਲਈ ਪ੍ਰਮੁੱਖ ਮੰਨੀ ਗਈ ਆ ਤਾਂ ਹਰੀ ਕ੍ਰਾਂਤੀ ਦਾ ਸਬੰਧ ਕਿਹੜੀ ਫਸਲ ਦੇ ਨਾਲ ਆ ਤਾਂ ਇਹ ਹੈਗਾ ਜੀ ਚਾਵਲ ਅਤੇ ਕਣਕ ਦੇ ਲਈ ਆਪਸ਼ਨ ਆੜਾ ਇਸ ਦਾ ਰਾਈਟ ਆਨਸਰ ਨੈਕਸਟ ਹੈ ਫੁਲਕਾਰੀ ਦਾ ਸਬੰਧ ਹੈ ਹਾਂਜੀ ਫੁਲਕਾਰੀ ਦਾ ਸਬੰਧ ਕਿਸ ਦੇ ਨਾਲ ਆ ਫੁਲਕਾਰੀ ਦਾ ਸਬੰਧ ਇੱਕ ਕਢਾਈ ਵਾਲਾ ਕੱਪੜਾ ਵਾ ਜਾਂ ਸਿਰ ਤੇ ਜਿਹੜੀ ਚੁੰਨੀ ਲਈਦੀ ਉਹਨੂੰ ਫੁਲਕਾਰੀ ਬੋਲ ਦਿੰਦੇ ਆ ਕੱਢੀ ਹੋਈ ਜਿਹੜੀ ਠੀਕ ਹੈ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਝੂਮਰ ਨਾਚ ਹੈ ਹਾਂਜੀ ਝੂਮਰ ਹੋ ਗਿਆ ਗਿੱਧਾ ਹੋ ਗਿਆ ਪੰਗੜਾ ਹੋ ਗਿਆ ਇਹ ਸਾਰੇ ਸੰਦਲਬਾਰ ਦੇ ਨਾਚ ਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਆ ਠੀਕ ਹੈ ਨੈਕਸਟ ਹੈ ਸਿੱਖ ਧਰਮ ਨਾਲ ਸੰਬੰਧਿਤ ਮੇਲਾ ਕਿਹੜਾ ਹੈ ਹਾਂਜੀ ਸਿੱਖ ਧਰਮ ਦੇ ਨਾਲ ਸੰਬੰਧਿਤ ਮੇਲਾ ਕਿਹੜਾ ਵਾ ਤਾਂ ਸਿੱਖ ਧਰਮ ਦੇ ਨਾਲ ਸੰਬੰਧਿਤ ਮੇਲਾ ਹੈ ਜੀ ਆਪਸ਼ਨ ਦੇ ਵਿੱਚੋਂ ਦੇਖ ਕੇ ਦੱਸੋ ਮਾਗੀ ਮੇਲਾ ਜਾਂ ਮੁਕਤਸਰ ਦਾ ਮੇਲਾ অপশন নাম্বার সি ইজ দা রাইট আনসার লাগਦਾ ਕਿੱਥੇ ਹੈ ਇਹ মেਲਾ ਇਹ মেਲਾ ਲੱਗਦਾ ਹੈ ਜੀ ਮੁক্তਸਰ ਤੇ ਮੁক্তਸਰ ਦਾ ਪੁਰਾਣਾ ਨਾਮ ਕੀ ਸੀ ਖਿਦਰਾਣੇ ਦੀ ਟਾਬ 40 ਮੁਕਤਿਆਂ ਦੇ ਨਾਮ ਸ਼ਹੀਦੀ ਤੇ ਨਾਮ ਰੱਖਿਆ ਗਿਆ ਸੀ ਨੈਕਸਟ ਹੈ ਸਤਾਰ हां जी ਨੈਕਸਟ ਹੈ ਪ੍ਰਸਿੱਧ ਅੰਤਰਰਾਸ਼ਟਰੀ ক্রিকেট ਸਟੇਡੀਅਮ ਕਿੱਥੇ ਸਥਿਤ ਹੈ हां जी ਪ੍ਰਸਿੱਧ ਅੰਤਰਰਾਸ਼ਟਰੀ ক্রিকেট ਸਟੇਡੀਅਮ ਆ ਜਿਹੜਾ ਇਹ ਮੁਹਾਲੀ ਦੇ ਵਿੱਚ ਆ অপਸ਼ਨ ਨੰਬਰ ਇੱਥੇ রাইਟ ਆਨਸਰ ਹੈ ਜੀ ਸੀ ਬੀ ਮੋਹਾਲੀ ਮੋਹਾਲੀ ਬੀ ਆਪਸ਼ਨ ਨੂੰ ਤਾਂ ਬੀ ਆਪਸ਼ਨ ਹੀ ਇੱਥੇ ਰਾਈਟ ਆਨਸਰ ਹੈ ਕਿ ਮੋਹਾਲੀ ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਨੈਕਸਟ ਹੈ ਗੁਰੂ ਕੀ ਕਾਸ਼ੀ ਵਜੋਂ ਕਿਹੜਾ ਸ਼ਹਿਰ ਪ੍ਰਸਿੱਧ ਹੈ ਹਾਂਜੀ ਗੁਰੂ ਦੀ ਕਾਸ਼ੀ ਵਜੋਂ ਕਿਹੜੇ ਸ਼ਹਿਰ ਨੂੰ ਜਾਣਿਆ ਜਾਂਦਾ ਹੈ ਤਾਂ ਗੁਰੂ ਕੀ ਕਾਸ਼ੀ ਦੇ ਵਜੋਂ ਜਾਣਿਆ ਜਾਂਦਾ ਏ ਤਲਵੰਡੀ ਸਾਬੋ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬ ਸਰਕਾਰ ਦੀ ਸਰਕਾਰੀ ਮੋਹਰ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਦਿਖਾਈ ਗਈ ਹੈ ਹਾਂਜੀ ਪੰਜਾਬ ਸਰਕਾਰ ਦੀ ਸਰਕਾਰੀ ਮੋਹਰ ਆ ਜਿਹੜੀ ਤੁਸੀਂ ਦੇਖਿਆ ਹੋਣਾ ਤੁਸੀਂ ਹੁਣ ਕੰਪੀਟੀਟਿਵ ਐਗਜ਼ਾਮ ਵੀ ਫਿਲ ਕੀਤੇ ਆ ਉਹਨਾਂ ਤੇ ਵੀ ਜਦੋਂ ਕੋਈ ਨੋਟੀਫਿਕੇਸ਼ਨ ਆਉਂਦੀ ਆ ਤਾਂ ਉਹਦੇ ਤੇ ਵੀ ਲੱਗੀ ਹੁੰਦੀ ਆ ਤੇ ਕਿ ਪੰਜਾਬ ਸਰਕਾਰ ਦੀ ਸਰਕਾਰੀ ਮੋਹਰ ਹੇਠ ਲਿਖਿਆਂ ਵਿੱਚੋਂ ਕਿਹੜੀ ਫਸਲ ਦਿਖਾਈ ਦਿੰਦੀ ਆ ਕਣਕ ਦੀ ਫਸਲ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਪੰਜਾਬ ਨਾਲ ਲੱਗਦੀ ਭਾਰਤ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਕਿਹੜੀ ਰੇਖਾ ਵਜੋਂ ਜਾਣਿਆ ਜਾਂਦਾ ਹਾਂਜੀ ਉਸ ਰੇਖਾ ਦਾ ਨਾਮ ਪੁੱਛਿਆ ਜਿਹੜੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਅਲੱਗ ਕਰਦੀ ਆ ਜੇ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਨਾਲ ਲੱਗਦੀ ਆ ਪਾਕਿਸਤਾਨ ਅਤੇ ਭਾਰਤ ਦੀ ਜਿਹੜੀ ਸਰਹੱਦ ਦਾ ਇਹ ਅੰਤਰਰਾਸ਼ਟਰੀ ਸਰਹੱਦ ਦਾ ਤੇ ਇਹਨੂੰ ਡਿਵਾਈਡ ਕਰਨ ਵਾਲੀ ਰੇਖਾ ਨੂੰ ਬੋਲਦੇ ਆ ਰੈੱਡ ਕਲਿਫ ਲਾਈਨ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਜਿਹੜੀ ਮੱਕਮੋਹਨ ਲਾਈਨ ਆ ਇਹ ਚਾਈਨਾ ਅਤੇ ਭਾਰਤ ਨੂੰ ਡਿਵਾਈਡ ਕਰਦੀ ਆ ਠੀਕ ਹੈ ਇੱਥੇ ਸੀਗਾ ਡੁਰੰਡ ਲਾਈਨ ਜਿਹੜੀ ਡੁਰੰਡ ਲਾਈਨ ਆ ਏਡੀ ਵਾਈਡ ਕਰਦੀ ਹੈ ਜੀ ਡੁਰੰਡ ਇੱਥੇ ਲਿਖ ਦਿੰਨੀ ਹਾਂ ਮੈਂ ਡੁਰੰਡ ਲਾਈਨ ਡਿਵਾਈਡ ਕਰਦੀ ਆ afghanistan ਐਂਡ ਭਾਰਤ ਨੂੰ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਨੈਕਸਟ ਹੈ ਪੰਜਾਬੀ ਕੈਲੰਡਰ ਅਨੁਸਾਰ ਸਾਲ ਦਾ ਪਹਿਲਾ ਮਹੀਨਾ ਕਿਹੜਾ ਹੈ ਹਾਂਜੀ ਦੇਸੀ ਮਹੀਨਿਆਂ ਦੀ ਜੇ ਗੱਲ ਕਰੀਏ ਤਾਂ ਸਾਲ ਦਾ ਪਹਿਲਾ ਮਹੀਨਾ ਵਾ ਜਿਹੜਾ ਉਹ ਕਿਹੜਾ ਹੁੰਦਾ ਚੇਤ ਜਿਵੇਂ ਆਪਣੇ ਹੁਣ ਆਪਾਂ ਅੰਗਰੇਜ਼ੀ ਕੈਲੰਡਰ ਦੀ ਗੱਲ ਕਰਦੇ ਆ ਤਾਂ ਪਹਿਲਾ ਸਾਲ ਦਾ ਪਹਿਲਾ ਮਹੀਨਾ ਜਨੂਅਰ ਆਪਾਂ ਬੋਲਦੇ ਆ ਨਾ ਤਾਂ ਇਹ ਜਿਹੜਾ ਸਾਲ ਦਾ ਪਹਿਲਾ ਮਹੀਨਾ ਵੋ ਕਿਹੜਾ ਹੁੰਦਾ ਵਾ ਇਹ ਪਹਿਲਾ ਮਹੀਨਾ ਹੁੰਦਾ ਜੀ ਜਨਵਰੀ ਠੀਕ ਹੈ ਜਨਵਰੀ ਆ ਜਿਹੜਾ ਪਹਿਲਾ ਮਹੀਨਾ ਹੁੰਦਾ ਤੇ ਪੰਜਾਬੀ ਦੇ ਵਿੱਚ ਜੇ ਆਪਾਂ ਚੇਤ ਦੇ ਵਿੱਚ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਪਹਿਲਾ ਮਹੀਨਾ ਚੇਤ ਆਉਂਦਾ ਆਪਸ਼ਨ ਇੱਥੇ ਬੀ ਰਾਈਟ ਆਨਸਰ ਹੈ ਨੈਕਸਟ ਹੈ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਪੰਜਾਬ ਵਿੱਚ ਕੁੱਲ ਕਿੰਨੇ ਤਖਤ ਹਨ ਹਾਂਜੀ ਸਿੱਖ ਧਰਮ ਦੇ ਪੰਜ ਤਖਤਾਂ ਕਿਹੜੇ-ਕਿਹੜੇ ਆ ਸਭ ਤੋਂ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਠੀਕ ਹੈ ਤਖਤ ਸ੍ਰੀ ਅਕਾਲ ਸਾਹਿਬ ਤੇ ਇਹ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਆ ਤੇ ਇਹ ਵੀ ਪੰਜਾਬ ਦੇ ਵਿੱਚ ਆਉਂਦਾ ਵਾ ਠੀਕ ਹੈ ਫਿਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹ ਵੀ ਪੰਜਾਬ ਦੇ ਵਿੱਚ ਆਉਂਦਾ ਆਨੰਦਪੁਰ ਸਾਹਿਬ ਦੇ ਵਿੱਚ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਤਖਤ ਸ੍ਰੀ ਹੋਰ ਦੱਸੋ ਜੀ ਕਿਹੜਾ ਮੈਂ ਮੇਰੇ ਕੋਲੋਂ ਨਹੀਂ ਭੁੱਲਿਆ ਗਿਆ ਆਪਾਂ ਉੱਪਰ ਗੱਲ ਕੀਤੀ ਆ ਉਹਦੇ ਬਾਰੇ ਤਲਵੰਡੀ ਸਾਬੋ ਜਾਨੀ ਕਿ ਦਮਦਮਾ ਸਾਹਿਬ ਤੌਪਸ਼ਨ ਨੰਬਰ ਕਿੱਥੇ ਆ ਇੱਥੇ ਰਾਈਟ ਆਨਸਰ ਕਿੰਨੀਆਂ ਮ 3 ਤਿੰਨ ਤੱਕ ਦਾ ਜਿਹੜੇ ਪੰਜਾਬ ਚ ਆ ਤੇ ਇੱਕ 2 ਤੱਕ ਦਾ ਜਿਹੜੇ ਮਹਾਰਾ ਇੱਕ ਮਹਾਰਾਸ਼ਟਰ ਦੇ ਵਿੱਚ ਆ ਇੱਕ ਬਿਹਾਰ ਦੇ ਵਿੱਚ ਆ ਤਖਤ ਸ੍ਰੀ ਨਾਦੇੜ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਹਾਂਜੀ ਨੈਕਸਟ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਹੈ ਹਾਂਜੀ ਪਹਿਲਾਂ ਤਾਂ ਪੰਜਾਬ ਦੇ ਸਭ ਤੋਂ ਵੱਧ ਸਾਖਰਤਾ ਦਰ ਦੇਖੋ ਸਭ ਤੋਂ ਵੱਧ ਪੜੇ ਲਿਖੇ ਲੋਕ ਕਿੱਥੇ ਆ ਹੁਸ਼ਿਆਰਪੁਰ ਦੇ ਵਿੱਚ ਤੇ ਸਭ ਤੋਂ ਘੱਟ ਪੜੇ ਲਿਖੇ ਲੋਕ ਕਿੱਥੇ ਆ ਮਾਨਸਾ ਦੇ ਵਿੱਚ ਤਾਂ ਆਪਸ਼ਨ ਇਥੇ ਡੀ ਰਾਈਟ ਆਨਸਰ ਹੈ ਮਾਨਸਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਆ ਠੀਕ ਹੈ ਨੈਕਸਟ ਹੈ ਹਾਂਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਗੁਰਮੁਖੀ ਦਾ ਮਿਆਰ ਡੈਸ਼ ਦੁਆਰਾ ਕੀਤਾ ਗਿਆ ਸੀ ਹਾਂਜੀ ਗੁਰਮੁਖੀ ਦਾ ਮਿਆਰ ਗੁਰੂ ਅੰਗਦ ਦੇਵ ਜੀ ਦੁਆਰਾ ਵਿਕਸਿਤ ਕੀਤਾ ਗਿਆ ਸੀ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬ ਵਿੱਚ ਕਿੰਨੇ ਸੰਸਦੀ ਹਲਕੇ ਹਨ ਹਾਂਜੀ ਪੰਜਾਬ ਦੇ ਵਿੱਚ ਟੋਟਲ ਕਿੰਨੇ ਸੰਸਦੀ ਹਲਕੇ ਆ ਤਾਂ ਸੰਸਦੀ ਹਲਕੇ ਆ ਜੀ 13 ਪੰਜਾਬ ਦੇ ਵਿੱਚ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਹੈ 13 ਨੈਕਸਟ ਹੈ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹੜੀ ਹੈ ਹਾਂਜੀ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਅਨਾਜ ਮੰਡੀ ਆ ਕਿੱਥੇ ਆ ਖੰਨਾ ਇਹ ਨਾ ਸਿਰਫ ਪੰਜਾਬ ਦੀ ਨਾ ਸਿਰਫ ਭਾਰਤ ਦੀ ਬਲਕਿ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਆ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ ਖੰਨਾ ਨੈਕਸਟ ਹੈ ਜੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨਾਲ ਜੋੜ ਲਿਆ ਤਾਂ ਪੰਜਾਬ ਕਿਸ ਸ਼ਾਸਕ ਦੁਆਰਾ ਸ਼ਾਸਨ ਕੀਤਾ ਗਿਆ ਸੀ ਹਾਂਜੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨਾਲ ਜੋੜਿਆ ਤਾਂ ਉਸ ਸਮੇਂ ਪੰਜਾਬ ਦਾ ਸਮਰਾਟ ਕੌਣ ਸੀ ਜਾਂ ਪੰਜਾਬ ਦਾ ਸ਼ਾਸਕ ਕੌਣ ਸੀਗਾ ਤਾਂ ਪੰਜਾਬ ਦੇ ਸ਼ਾਸਕ ਸੀ ਜੀ ਕੌਣ ਸੀ ਮਹਾਰਾਜਾ ਦਲੀਪ ਸਿੰਘ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਆਪਰੇਸ਼ਨ ਫਲੱਡ ਕਿਸ ਨਾਲ ਸੰਬੰਧਿਤ ਹੈ ਹਾਂਜੀ ਆਪਰੇਸ਼ਨ ਫਲੱਡ ਦੁੱਧ ਦੇ ਉਤਪਾਦਨ ਦੇ ਨਾਲ ਸੰਬੰਧਿਤ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਦੁਰਗਿਆਣਾ ਮੰਦਿਰ ਹਾਂਜੀ ਜਿਵੇਂ ਤੁਹਾਨੂੰ ਬਹੁਤ ਹੀ ਫੇਮਸ ਐਮਸੀਕਿਊ ਆ ਕਿ ਆਪਾਂ ਬੋਲਦੇ ਹੁੰਨੇ ਆ ਕਿ ਹਰਮੰਦਰ ਸਾਹਿਬ ਦੀ ਨਹੀਂ ਕਿਸ ਨੇ ਰੱਖੀ ਸੀ ਉਸੇ ਤਰ੍ਹਾਂ ਓਨਾ ਹੀ ਇੰਪੋਰਟੈਂਟ ਐਮਸੀਕਿਊ ਹੈ ਆ ਕਿ ਦੁਰਗਿਆਣਾ ਮੰਦਿਰ ਦੀ ਨਹੀਂ ਕਿਸ ਨੇ ਰੱਖੀ ਸੀ ਤਾਂ ਦੁਰਗਿਆਣਾ ਮੰਦਿਰ ਦੀ ਨਹੀਂ ਰੱਖੀ ਸੀ ਜੀ ਮਦਨ ਮੋਹਨ ਮਾਲਵਿਆ ਨੇ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਗੁਰੂ ਨਾਨਕ ਦੇਵ ਥਰਮਲ ਪਲਾਂਟ ਹਾਂਜੀ ਗੁਰੂ ਨਾਨਕ ਦੇਵ ਪਾਵਰ ਥਰਮਲ ਪਲਾਂਟ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਕਿੱਥੇ ਸਥਿਤ ਹੈ ਤਾਂ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਸਥਿਤ ਹੈ ਜੀ ਕਿੱਥੇ ਸਥਿਤਾ ਬਠਿੰਡੇ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਬਠਿੰਡੇ ਦਾ ਪੁਰਾਣਾ ਨਾਮ ਕੀ ਆ ਵਿਕਰਮਗੜ੍ਹ ਨੈਕਸਟ ਹੈ ਚਿੱਟਾ ਲਹੁ ਕਿਸ ਦੁਆਰਾ ਲਿਖਿਆ ਗਿਆ ਸੀ ਹਾਂਜੀ ਚਿੱਟਾ ਚਿੱਟਾ ਲਹੁ ਕਿੰਨਾ ਦੀ ਰਚਨਾਮਾ ਚਿੱਟਾ ਲਹੁ ਰਚਨਾਮਾ ਜੀ ਨਾਨਕ ਸਿੰਘ ਦੀ অপশন বি ইজ দা রাইট আনসার नेक्स्ट ਹੈ ਜੀ ਪੰਜਾਬ ਦੀ ਕੋਇਲ ਕਿਸ ਨੂੰ ਕਿਹਾ ਜਾਂਦਾ ਹੈ हां जी ਪੰਜਾਬ ਦੀ ਕੋਇਲ ਕਿਹਨਾਂ ਨੂੰ ਬੋਲਿਆ ਗਿਆ ਵਾ सुरेंद्र कौर ਨੂੰ सुरेंद्र कौर ਨੂੰ ਤੇ ਇਹ ਕਿਤਾਬ ਪੰਜਾਬ ਦੀ ਕੋਇਲ ਦਾ ਇਹਨਾਂ ਨੂੰ ਕਿੰਨਾ ਨੇ ਦਿੱਤਾ ਡਾਕਟਰ ਮਨਮੋਹਨ ਸਿੰਘ ਨੇ অপশন ਨੰਬਰ এ ਇਜ਼ দা রাইট আনসার नेक्स्ट ਹੈ ਭਾਰਤ ਵਿੱਚ ਸਭ ਤੋਂ ਵੱਡੀ ਸਿੰਚਾਈ ਨਹਿਰ ਹੈ हां जी ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਟੋਟਲ 68% ਖੇਤੀ ਹੈ ਜਿਹੜੀ ਟਿਊਬਲ ਨਾਲ ਕੀਤੀ ਜਾਂਦੀ ਹੈ ਤੇ 28% ਖੇਤੀ ਹੈ ਜਿਹੜੀ ਇਹ ਨਹਿਰਾਂ ਨਾਲ ਕੀਤੀ ਜਾਂਦੀ ਆ ਇੱਥੇ ਨਹਿਰ ਦੀ ਗੱਲ ਹੋਈ ਆ ਤਾਂ ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਨਹਿਰ ਕਿਹੜੀ ਆ ਇੰਦਰਾ ਗਾਂਧੀ ਨਹਿਰ ਆਪਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਹਰੀਕੇ ਵੈਟਲੈਂਡ ਕਿਸ ਵਿੱਚ ਸਥਿਤ ਹੈ ਹਾਂਜੀ ਹਰੀਕੇ ਵੈਟਲੈਂਡ ਕਿੱਥੇ ਸਥਿਤ ਆ ਤਾਂ ਹਰੀਕੇ ਵੈਟਲੈਂਡ ਆ ਜਿਹੜੀ ਜੀ ਉਹ ਫਿਰੋਜ਼ਪੁਰ ਅਤੇ ਤਰਨਤਾਰਨ ਤਰਨਤਾਰਨ ਦੋਮਾ ਦੇ ਵਿੱਚ ਸਥਿਤ ਆ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਠੀਕ ਹੈ ਫਿਰੋਜ਼ਪੁਰ ਅਤੇ ਤਰਨਤਾਰਨ ਦੋਨਾਂ ਦੇ ਵਿੱਚ ਇਹ ਤੁਸੀਂ ਧਿਆਨ ਚ ਰੱਖਣਾ ਨੈਕਸਟ ਹੈ ਹਾਂਜੀ ਲੀ ਕਾਰਬੂਜ਼ੀਅਰ ਜਿਨ੍ਹਾਂ ਨੇ ਚੰਡੀਗੜ੍ਹ ਦਾ ਡਿਜ਼ਾਈਨ ਕੀਤਾ ਸੀ ਉਹ ਕਿਹੜੇ ਦੇਸ਼ ਦੇ ਆ ਉਹਨਾਂ ਦਾ ਸਬੰਧ ਕਿਸ ਦੇਸ਼ ਦੇ ਨਾਲ ਆ ਲੀ ਕਾਰਬੂਜ਼ੀਅਰ ਜਿਨ੍ਹਾਂ ਨੇ ਚੰਡੀਗੜ੍ਹ ਦਾ ਨਿਰਮਾਣ ਕੀਤਾ ਸੀ ਇਹ ਜੀ ਫਰਾਂਸ ਦੇ ਆ ਆਪਸ਼ਨ ਇੱਥੇ ਰਾਈਟ ਆਨਸਰ ਹੈ ਆਪਣੇ ਕੋਲ ਇੱਥੇ ਆਪਸ਼ਨ ਆਪਣੀ ਡੀ ਬਣ ਰਹੀ ਸੀ ਇਹ ਫਰਾਂਸ ਹੈ ਠੀਕ ਹੈ ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਸੀ ਕਿ ਫਰਾਂਸ ਦੇ ਆਹੇ ਨੈਕਸਟ ਹੈ ਲੁਧਿਆਣਾ ਸਹਿਰ ਕਿਸ ਲਈ ਮਸ਼ਹੂਰ ਹੈ ਹਾਂਜੀ ਲੁਧਿਆਣਾ ਕਿਹੜੀ ਚੀਜ਼ ਦੇ ਲਈ ਫੇਮਸ ਹੈ ਲੁਧਿਆਣਾ ਸਿਟੀ ਤਾਂ ਲੁਧਿਆਣਾ ਕਿਹਦੇ ਲਈ ਫੇਮਸ ਸਿਲਕ ਟੈਕਸਟਾਈਲ ਦੇ ਲਈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਲੁਧਿਆਣਾ ਸਿਲਕ ਟੈਕਸਟਾਈਲ ਦੇ ਲਈ ਫੇਮਸ ਆ ਇਹ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਲੁਧਿਆਣਾ ਨੂੰ ਉਦਯੋਗਿਕ ਸਿਟੀ ਆਫ ਪੰਜਾਬ ਬੋਲਿਆ ਜਾਂਦਾ ਪੰਜਾਬ ਦੀ ਆਰਥਿਕ ਰਾਜਧਾਨੀ ਬੋਲ ਦਿੱਤਾ ਜਾਂਦਾ ਲੁਧਿਆਣੇ ਦੇ ਵਿੱਚ ਹੀਰੋ ਸਾਈਕਲ ਦੇ ਕਾਰਖਾਨੇ ਆ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਹੈ ਖੈਬਰ ਪਾਸ ਕਿੱਥੇ ਸਥਿਤ ਹੈ ਹਾਂਜੀ ਖੈਬਰ ਪਾਸ ਕਿੱਥੇ ਸਥਿਤ ਤਾਂ ਦੇਖੋ ਭਾਰਤ ਦੇ ਵਿੱਚ ਜਿੰਨੇ ਵੀ ਹਮਲੇ ਹੋਏ ਸੀ ਇਹ ਸਾਰੇ ਖੈਬਰ ਦਰੇ ਤੋਂ ਹੋਏ ਸੀ ਤੇ ਖੈਬਰ ਪਾਸ ਕਿੱਥੇ ਸਥਿਤ ਆ ਪਾਕਿਸਤਾਨ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਸਲ ਨਾਮ ਕੀ ਸੀ हां जी बाबा बन्दा सिंह बहादुर जी ਦਾ ਜੋ ਅਸਲੀ ਨਾਮ ਸੀ ਉਹ ਸੀ ਲਖਮਨਦੇਵ অপਸ਼ਨ ਸੀ ਇਸ ਆ ਰਾਈਟ ਆਨਸਰ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਰਾਗੀ ਬਣੇ ਤਾਂ ਇਹਨਾਂ ਦਾ ਨਾਮ ਜਾਨਕੀ ਪ੍ਰਸ਼ਾਦ ਨੇ ਮਾਦੋ ਦਾਸ ਰੱਖਿਆ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੰਮ੍ਰਿਤ ਛਕਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਬਣੇ ਆ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਇਹਨਾਂ ਦਾ ਨਾਮ ਗੁਰੂ ਵਕਸ਼ ਸਿੰਘ ਰੱਖਿਆ ਸੀ ਨੈਕਸਟ ਹੈ ਨੰਨੇ ਸ਼ਾ ਹਾਂ ਜੀ ਨੰਨੇ ਸ਼ਾ ਪ੍ਰੋਜੈਕਟ ਕਿਸ ਨੇ ਸ਼ੁਰੂ ਕੀਤਾ ਨੰਨੀ ਸਾਹ ਪ੍ਰੋਜੈਕਟ ਸ਼ੁਰੂ ਕੀਤਾ ਸੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹੋਲਾ ਮਹੱਲਾ ਸਿੱਖ ਇਤਿਹਾਸ ਹਾਂਜੀ ਹੋਲਾ ਮਹੱਲਾ ਸਿੱਖ ਤਿਹਾਰ ਕਿਸ ਦਿਨ ਮਨਾਇਆ ਜਾਂਦਾ ਹਾਂਜੀ ਹੋਲਾ ਮਹੱਲਾ ਕਦੋਂ ਮਨਾਇਆ ਜਾਂਦਾ ਤਾਂ ਇਹ ਮਨਾਇਆ ਜਾਂਦਾ ਜੀ ਹੋਲਾ ਮਹੱਲਾ ਕਿਹੜੀ অপਸ਼ਨ ਇਥੇ ਰਾਈਟ ਆਂਸਰ ਹੈ होली ਤੋਂ ਇੱਕ ਦਿਨ ਬਾਅਦ অপਸ਼ਨ ਨੰਬਰ ਇਥੇ ਸੀ ਰਾਈਟ ਆਂਸਰ ਹੈ ਠੀਕ ਹੈ होली ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਨੈਕਸਟ ਹੈ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਸਥਿਤ ਹੈ ਹਾਂਜੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਜੇ ਗੱਲ ਕਰੀਏ ਤਾਂ ਕਿੱਥੇ ਸਥਿਤਾ ਕਪੂਰਥਲਾ ਦੇ ਵਿੱਚ অপਸ਼ਨ ਡੀ ਇਜ਼ ਦਾ ਰਾਈਟ ਆਂਸਰ ਨੈਕਸਟ ਹੈ ਆਮ ਖਾਸ ਬਾਗ ਕਿਸ ਵਿੱਚ ਸਥਿਤ ਹੈ ਹਾਂਜੀ ਆਮ ਖਾਸ ਬਾਗ ਆ ਜਿਹੜਾ ਇਹ ਸਰਹੰਦ ਦੇ ਵਿੱਚ ਆ অপশন এ ইজ দা রাইট आंसर नेक्स्ट ਹੈ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਲਈ ਕਿਹੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹਾਂਜੀ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕੀਤੀ ਗਈ ਸੀ অপশন এ ਇਜ਼ ਦਾ রাইਟ ਆਨਸਰ नेक्स्ट ਹੈ ਪੰਜਾਬ ਪੰਜਾਬ ਵਿੱਚ ਤੀਜ ਦਾ ਤਿਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ ਹਾਂਜੀ ਤੀਜ ਮਤਲਬ ਕੀ ਹੁੰਦਾ ਤੀਆਂ ਤੀਆਂ ਦਾ ਤਿਹਾਰ ਲੱਗਦਾ ਵਾ ਨਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਵਾ ਸਕੂਲਾਂ ਦੇ ਵਿੱਚ ਵੀ ਕਾਲਜਾਂ ਵਿੱਚ ਵੀ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਸੌਣ ਦੇ ਮਹੀਨੇ ਦੇ ਵਿੱਚ ਜਿਹੜਾ ਤੀਜ ਫੈਸਟੀਵਲ ਹੈ ਮਨਾਇਆ ਜਾਂਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕੂਕਾ ਨਾਲ ਸੰਬੰਧਿਤ ਹੈ ਹਾਂਜੀ ਕੂਕਾ ਅੰਦੋਲਨ ਦੇ ਨਾਲ ਕੀ ਸੰਬੰਧਿਤ ਹੈ ਇਹਨਾਂ ਦੇ ਵਿੱਚੋਂ ਆਪਸ਼ਨ ਤੁਹਾਨੂੰ ਦਿਖ ਰਹੀਆਂ ਨੇ ਕੂਕਾਂਦੋਲਣ ਨੂੰ ਅਸੀਂ ਕੀ ਬੋਲ ਦਿੰਨੇ ਆ ਨਾਮਤਾਰੀ ਅੰਦੋਲਨ ਅਸਲ ਦੇ ਵਿੱਚ ਨਾਮਤਾ ਨਾਮਤਾਰੀ ਅੰਦੋਲਨ ਹੀ ਸੀ ਪਰ ਕੂਕਾਂ ਅੰਦੋਲਨ ਦਾ ਨਾਮ ਤਾਂ ਬਾਅਦ ਵਿੱਚ ਦਿੱਤਾ ਗਿਆ ਕਿਉਂਕਿ ਇਹ ਰੱਬ ਦਾ ਜਿਹੜਾ ਭਜਨ ਆ ਜਦ ਰੱਬ ਨੂੰ ਰੱਬ ਦਾ ਜਦੋਂ ਨਾਮ ਲਿੰਦੇ ਸੀ ਨਾ ਤਾਂ ਉੱਚੀ ਉੱਚੀ ਲਿੰਦੇ ਸੀ ਚੀਕ ਚੀਕ ਕੇ ਇਸ ਕੂਕਾਂ ਮਾਰ ਮਾਰ ਕੇ ਤਾਂ ਇਸ ਕਰਕੇ ਇਹਨਾਂ ਦਾ ਨਾਮ ਕੂਕਾਂ ਅੰਦੋਲਨ ਰੱਖਿਆ ਗਿਆ ਸੀ অপਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬੀ ਲਿਪੀ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਪੰਜਾਬੀ ਲਿਪੀ ਨੂੰ ਕੀ ਬੋਲਦੇ ਆ ਗੁਰਮੁਖੀ ਲਿਪੀ ਹਿੰਦੀ ਲਿਪੀ ਨੂੰ ਕੀ ਬੋਲਦੇ ਆਂ ਦੇਵਨਾਗਰੀ ਅੰਗਰੇਜ਼ੀ ਲਿਪੀ ਨੂੰ ਕੀ ਬੋਲਦੇ ਆਂ ਰੋਮਨ ਇਹ ਤੁਸੀਂ ਧਿਆਨ ਚ ਰੱਖਣਾ ਪੰਜਾਬੀ ਲਿਪੀ ਨੂੰ ਬੋਲਦੇ ਆਂ ਗੁਰਮੁਖੀ ਨੈਕਸਟ ਹੈ ਜੀ ਪੰਜਾਬ ਵਿੱਚ ਸਮਾਰਟ ਸਿਟੀ ਮਿਸ਼ਨ ਅਧੀਨ ਹੇਠ ਲਿਖਿਆਂ ਵਿੱਚੋਂ ਕਿਹੜੇ ਨੂੰ ਕਵਰ ਕੀਤਾ ਗਿਆ ਹਾਂਜੀ ਪੰਜਾਬ ਦੇ ਵਿੱਚ ਸਮਾਰਟ ਸਿਟੀ ਮਿਸ਼ਨ ਅਧੀਨ ਕਵਰ ਕੀਤਾ ਗਿਆ ਸੀ ਲੁਧਿਆਣੇ ਨੂੰ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਪਾਈ ਲਾਲੋ ਦਾ ਕੀਤਾ ਕੀ ਸੀ ਜੋ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਨ ਹਾਂਜੀ ਭਾਈ ਲਾ ਲਓ ਜੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸੀ ਇਹਨਾਂ ਦਾ ਕਿੱਤਾ ਸੀ ਜੀ ਤਰਖਾਨ ਦਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਕਿਹੜੇ ਪ੍ਰਸਿੱਧ 올ੰਪੀਅਨ ਮੁੱਕੇਬਾਜ਼ ਪਦਮ ਸ਼੍ਰੀ ਅਰਜੁਨ ਅਵਾਰਡ ਤੇ ਐਸ਼ੀਆਈ ਸੋਨ ਤਗਮਾ ਜੇਤੂ ਮੁੱਕੇਬਾਜ਼ ਖਿਡਾਰੀ ਦਾ ਦਿਹਾਂਤ ਹੋਇਆ ਹਾਂਜੀ ਕੌਰ ਸਿੰਘ ਬੌਕਸਰ ਸੀਗੇ ਕੌਰ ਸਿੰਘ ਤੇ ਇਹਨਾਂ ਦੀ ਰੀਸੈਂਟਲੀ ਡੈਥ ਹੋਈ ਆ ਕਿੰਨੇ ਸਾਲ ਦੀ ਉਮਰ ਚ ਹੋਈ ਆ 85 ਸਾਲ ਦੀ ਉਮਰ ਚ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਠੀਕ ਹੈ ਜੀ ਤੇ ਇਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਤੋਂ ਪ੍ਰਸਿੱਧ 올ੰਪੀਅਨਸ ਦੀ ਮੁੱਕੇ ਪ੍ਰਸਿੱਧ 올ੰਪੀਅਨ ਮੁੱਕੇਵਾਸੀ ਇਹਨਾਂ ਨੂੰ ਪਦਮ ਸ਼੍ਰੀ ਵੀ ਮਿਲ ਚੁੱਕਿਆ ਵਾ ਅਰਜੁਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਤੇ ਇਹਨਾਂ ਨੇ ਏਸ਼ੀਆਈ ਪੱਧਰ ਤੇ ਸੋਨੇ ਦਾ ਮੈਡਲ ਵੀ ਜਿੱਤਿਆ ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹੜੇ ਸਾਬਕਾ ਮੁੱਖ ਮੰਤਰੀ ਦੇ ਦੇਹਾਂਤ ਤੇ 2 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹਾਂਜੀ ਰਾਸ਼ਟਰੀ ਸੋਗ ਦਾ ਮਤਲਬ ਹੁੰਦਾ ਵਾ ਕਿ ਪੂਰੇ ਰਾਸ਼ਟਰ ਦੇ ਵਿੱਚ ਜਿਹੜੇ ਝੰਡੇ ਆ ਉਹ ਝੁਕਾ ਦਿੱਤੇ ਜਾਂਦੇ ਆ ਯਾਨੀ ਕਿ ਆਪਣਾ ਜਿਹੜਾ ਤਿਰੰਗਾ ਝੰਡਾ ਵਾ ਇਹ ਝੁਕਾ ਦਿੱਤੇ ਜਾਂਦੇ ਆ ਥੋੜੇ ਜੇ ਤਾਂ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ 2 ਦਿਨ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਸੀ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਸੰਸਦ ਰਾਜ ਸੂਚੀ ਵਿੱਚ ਸੂਚੀਬੱਧ ਮਾਮਲਿਆਂ ਤੇ ਕਾਨੂੰਨ ਬਣਾ ਸਕਦੀ ਹੈ ਹਾਂਜੀ ਸੰਸਦ ਰਾਜ ਸੂਚੀ ਦੇ ਵਿੱਚ ਸੂਚੀਬੱਧ ਮਾਮਲਿਆਂ ਤੇ ਕਾਨੂੰਨ ਬਣਾ ਸਕਦੀ ਹੈ ਕਿਹਦੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਰਾਜ ਸੂਚੀ ਰਾਜ ਸੂਚੀ ਦੇ ਵਿੱਚ ਸਿਰਫ ਰਾਜ ਸਰਕਾਰ ਹੀ ਕਾਨੂੰਨ ਬਣਾਉਂਦੀ ਹੈ ਠੀਕ ਹੈ ਤਾਂ ਜਿਹੜੀ ਸੰਸਦ ਰਾਜ ਸੂਚੀ ਦੇ ਵਿੱਚ ਸੂਚੀਵਿਤ ਮਾਮਲਿਆਂ ਤੇ ਕਾਨੂੰਨ ਬਣਾ ਸਕਦੀ ਆ ਜਦੋਂ ਰਾਜ ਦੀਆਂ ਵਿਧਾਨ ਸਭਾਵਾਂ ਵਿੱਚ ਸੰਗਤੀ ਦੇ ਮਾਮਲੇ ਮਾਮਲੇ ਦੇ ਵਿੱਚ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਕਿ ਰਾਜ ਦੀਆਂ ਵਿਧਾਨ ਸਭਾਵਾਂ ਦੇ ਮਾਮਲੇ ਦੇ ਵਿੱਚ ਆ ਜਿਹੜੀ ਰਾਜ ਸਰਕਾਰ ਆ ਉਹ ਕਾਨੂੰਨ ਬਣਾ ਸਕਦੀ ਆ ਸੰਸਦ ਦੇ ਵਿੱਚ ਸੰਸਦ ਰਾਜ ਸੂਚੀ ਦੇ ਵਿੱਚ ਸੂਚੀਵਿਤ ਮਾਮਲਿਆਂ ਤੇ ਕਾਨੂੰਨ ਬਣਾ ਸਕਦੀ ਆ ਰਾਜ ਦੀਆਂ ਵਿਧਾਨ ਸਭਾਵਾਂ ਦੇ ਮਾਮਲੇ ਦੇ ਵਿੱਚ অপਸ਼ਨ সি ইজ ザ राइट आंसर नेक्स्ट ਹੈ ਜਦੋਂ ਉਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੋਹਾਂ ਦੇ পদ ਵੀ ਖਾਲੀ ਹੋ ਜੇ ਤਾਂ ਕੌਣ ਰਾਸ਼ਟਰਪਤੀ ਦੇ ਰੂਪ ਵਿੱਚ ਕੰਮ ਕਰਦਾ ਹੈ हां जी ਜਦੋਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਹਾਂ ਦੀ ਹੀ ਪਦਵੀ ਖਾਲੀ ਹੋ ਜੇ ਨਾ ਉਸ ਸਮੇਂ ਜਦੋਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਹਾਂ ਦੀ ਪਦਵੀ ਖਾਲੀ ਹੋਵੇ ਤਾਂ ਉਸ ਸਮੇਂ ਰਾਸ਼ਟਰਪਤੀ ਆ ਜਿਹੜੇ ਉਹਨਾਂ ਦੀ ਜਗ੍ਹਾ ਤੇ ਕੌਣ ਕੰਮ ਕਰਦਾ ਵਾ ਤਾਂ ਉਹਨਾਂ ਦੀ ਜਗ੍ਹਾ ਤੇ ਕੰਮ ਕਰਦਾ ਭਾਰਤ ਦਾ ਮੁੱਖ ਜੱਜ অপਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਪੰਜਾਬ ਵਿੱਚ ਕਿੰਨੇ ਮੈਂਬਰ ਚੁਣ ਕੇ ਲੋਕ ਸਭਾ ਵਿੱਚ ਭੇਜੇ ਜਾਂਦੇ ਹਨ ਹਾਂਜੀ ਪੰਜਾਬ ਤੋਂ ਕਿੰਨੇ ਮੈਂਬਰ ਆ ਜਿਹੜੇ ਲੋਕ ਸਭਾ ਦੇ ਵਿੱਚ ਚੁਣੇ ਜਾਂਦੇ ਆ 13 অপਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਵਿਧਾਨਪਾਲਿਕਾ ਵਿੱਚ ਵੱਧ ਤੋਂ ਵੱਧ ਕਿੰਨੇ ਸਦਨ ਹੋ ਸਕਦੇ ਹਨ ਹਾਂਜੀ ਵਿਧਾਨਪਾਲਿਕਾ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਸਦਨ ਆਉ ਕਿੰਨੇ ਹੁੰਦੇ ਆ ਦੋ ਹੁੰਦੇ ਆ ਇੱਕ ਵਿਧਾਨ ਸਭਾ ਤੇ ਇੱਕ ਵਿਧਾਨ ਪ੍ਰੀਸ਼ਦ ਪੰਜਾਬ ਦੇ ਵਿੱਚ ਇਕੱਲਾ ਵਿਧਾਨ ਸਭਾ ਵਾ ਵਿਧਾਨ ਪ੍ਰੀਸ਼ਦ ਨੂੰ 1 ਜਨਵਰੀ 1970 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ ਇਹ ਵੀ ਤੁਸੀਂ ਧਿਆਨ ਚ ਰੱਖਣਾ ਠੀਕ ਹੈ ਤੇ ਵਿਧਾਨਪਾਲਿਕਾ ਦੇ ਵਿੱਚ ਹੁਣ ਵੱਧ ਤੋਂ ਵੱਧ ਕਿੰਨੇ ਸਦਨ ਹੋ ਸਕਦੇ ਆ ਸਿਰਫ ਦੋ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਸੰਵਿਧਾਨ ਦੀ 73ਵੀਂ ਸੋਧ ਦੁਆਰਾ ਸੰਵਿਧਾਨ ਵਿੱਚ ਕਿਹੜਾ ਨਵਾਂ ਅਧਿਆਨ ਜੋੜਿਆ ਗਿਆ ਹਾਂਜੀ ਇੱਥੇ ਸੰਵਿਧਾਨ ਦੀ ਗੱਲ ਹੋ ਰਹੀ ਹੈ ਠੀਕ ਹੈ ਤੇ ਸੰਵਿਧਾਨ ਦੇ ਵਿੱਚ ਇੱਕ 73ਵੀਂ ਸੋਧ ਹੋਈ ਸੀ ਤੁਹਾਨੂੰ ਪਤਾ ਸੋਧਾਂ ਤਾਂ ਬਹੁਤ ਇੰਪੋਰਟੈਂਟ ਹੈ ਮੈਂ ਤੁਹਾਨੂੰ ਕਰਵਾਈਆਂ ਵੀ ਆ ਡਿਟੇਲ ਦੇ ਵਿੱਚ ਠੀਕ ਹੈ ਸੰਵਿਧਾਨ ਸੰਸ਼ੋਧਨ ਜਿਹਨੂੰ ਅਸੀਂ ਬੋਲ ਦਿੰਨੇ ਆ ਤਾਂ ਸੰਵਿਧਾਨ ਦੇ ਵਿੱਚ ਇੱਕ 73ਵੀਂ ਸੋਧ ਹੋਈ ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਤਾਂ ਕੀ ਜੋੜਿਆ ਗਿਆ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਪਹਿਲਾਂ ਜਿਹੜੀ 73ਵੀਂ ਸ਼ੋਧ ਆ ਇਹ ਬਹੁਤ ਇੰਪੋਰਟੈਂਟ ਆ ਠੀਕ ਹੈ ਇਹ 1993 ਚ ਹੋਈ ਸੀ ਤੇ ਸੰਵਿਧਾਨ ਦੇ ਵਿੱਚ ਇੱਕ ਨਵਾਂ ਭਾਗ ਜੋੜਿਆ ਗਿਆ ਸੀ ਭਾਗ 9 ਠੀਕ ਹੈ ਅਤੇ ਇੱਕ ਨਵੀਂ ਅਨੁਸੂਚੀ ਜੋੜੀ ਗਈ ਸੀ ਕਿਹੜੀ ਅਨੁਸੂਚੀ ਜੋੜੀ ਗਈ ਸੀ ਉਹਨਾਂ ਸੂਚੀ ਜੋੜੀ ਹੋਈ ਸੀ ਜੀ 11ਵੀਂ ਅਨੁਸੂਚੀ ਠੀਕ ਹੈ 11ਵੀਂ ਅਨੁਸੂਚੀ ਜੋੜੀ ਗਈ ਅਤੇ ਪੰਚਾਇਤੀ ਰਾਜ ਵਿਵਸਥਾ ਨੂੰ ਸੰਵਿਧਾਨਕ ਦਰਜਾ ਪ੍ਰਦਾਨ ਕੀਤਾ ਗਿਆ ਸੀ ਤਾਂ ਹੁਣ ਦੱਸੋ ਇਹਦੇ ਵਿੱਚੋਂ ਕਿਹੜਾ ਆਨਸਰ ਆ ਜਿਹੜਾ ਤੁਹਾਡੇ ਕੋਲ ਰਾਈਟ ਬਣ ਰਿਹਾ ਹੈ ਤਾਂ ਆਪਸ਼ਨ ਬੀ ਅਧਿਆਨ 9 ਯਾਨੀ ਕਿ ਭਾਗ 9 ਜਿਹੜਾ ਕਿ ਮੈਂ ਤੁਹਾਨੂੰ ਉੱਪਰ ਦੱਸਿਆ ਨੈਕਸਟ ਹੈ ਜੀ ਸਰਬੋੱਚ ਅਦਾਲਤ ਦਾ ਜੱਜ ਕਿੰਨੇ ਬਰੇ ਦੀ ਉਮਰ ਤੱਕ ਆਪਣੇ ਆਉਂਦੇ ਤੇ ਰਹਿ ਸਕਦਾ ਹੈ ਹਾਂਜੀ ਸਰਬੋੱਚ ਅਦਾਲਤ ਦਾ ਜੱਜ 65 ਸਾਲ ਦੀ ਉਮਰ ਤੱਕ ਆਪਣੇ ਆਉਂਦੇ ਤੇ ਰਹਿ ਸਕਦਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿਸ ਸਾਲ ਵਿੱਚ ਅਧਿਕਾਰਤ ਭਾਸ਼ਾਵਾਂ ਦੇ ਐਕਟ 1963 ਦੇ ਸੈਸ਼ਨ 8ਏ ਦੇ ਵਿਧਾਨਾਂ ਦੇ ਤਹਿਤ ਅਧਿਕਾਰਤ ਭਾਸ਼ਾ ਨਿਜ਼ਮ ਤਿਆਰ ਹੋਏ ਸੀ ਹਾਂਜੀ ਕਿਹੜੇ ਸਾਲ ਦੇ ਐਕਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 1963 ਦੇ ਸੈਸ਼ਨ 8ਵਨ ਦੇ ਵਿਧਾਨਾਂ ਦੇ ਤਹਿਤ ਅਧਿਕਾਰਤ ਭਾਸ਼ਾ ਨਿਜ਼ਮ ਕੀਤੇ ਗਏ ਸੀ ਤਾਂ ਇਹ ਕੀਤੇ ਗਏ ਸੀ ਜੀ 1976 ਦੇ ਵਿੱਚ অপশন বি ইজ দা রাইট অ্যানসার 1976 ਦੇ ਵਿੱਚ 1976 ਵਿੱਚ ਸੰਵਿਧਾਨ ਦੀ 42ਵੇਂ ਸ਼ੋਧ ਤਹਿਤ ਚਾਰ ਨਵੇਂ ਨੀਤੀ ਨਿਰਦੇਸ਼ સિਧਾਂਤ ਆਰਟੀਕਲ 39 ਆਰਟੀਕਲ 39A ਆਰਟੀਕਲ 43A ਤੇ ਆਰਟੀਕਲ 48A ਦੇ ਤਹਿਤ ਸ਼ਾਮਿਲ ਵੀ ਕੀਤੇ ਗਏ ਸੀ ਇਹ ਵੀ ਤੁਸੀਂ ਯਾਦ ਰੱਖਣਾ 1976 ਦੀ ਗੱਲ ਹੋ ਰਹੀ ਆ ਤਾਂ ਆਪਾਂ ਮਤਲਬ ਕਿ ਜੋ ਇੰਪੋਰਟੈਂਟ ਸੀਗਾ ਉਹ ਵੀ ਆਪਾਂ ਨਾਲ ਹੀ ਤੁਹਾਨੂੰ ਦੱਸ ਦਿੱਤਾ ਠੀਕ ਹੈ 1976 ਦੇ ਵਿੱਚ ਹਾਂਜੀ ਹੁਣ 1976 ਦੀ ਜੇ ਗੱਲ ਕਰੀਏ ਤਾਂ 1976 ਦੇ ਵਿੱਚ ਕਿਹੜੀ ਸ਼ੋਧ ਹੋਈ ਸੀ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ 42ਵੇਂ ਸ਼ੋਧ ਹੋਈ ਸੀ ਠੀਕ ਹੈ ਤੇ ਇਹਦੇ ਵਿੱਚ ਕੀ ਹੋਇਆ ਸੀ ਸੁਧਾਰ ਹੋਇਆ ਸੀ ਪ੍ਰਸਤਾਵਨਾ ਦੇ ਵਿੱਚ ਪ੍ਰਸਤਾਵਨਾ ਦੇ ਵਿੱਚ ਕੁਝ ਮੂਲ ਸ਼ਬਦਾਂ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਧਰਮ ਨਿਰਪੇਖ ਸਮਾਜਵਾਦੀ ਅਖੰਡਤਾ ਸ਼ਬਦ ਇਹ ਜੋੜੇ ਗਏ ਸੀਗੇ ਤੇ ਇਸ ਦੇ ਨਾਲ ਨਾਲ ਨਾਗਰਿਕਾਂ ਦੇ 10 ਮੂਲ ਕਰਤੱਵ ਵੀ ਜੋੜੇ ਗਏ ਸੀ ਇਹ ਬਹੁਤ ਇੰਪੋਰਟੈਂਟ ਆ 42ਵੀਂ ਸੋਧ ਵੀ ਨੈਕਸਟ ਆ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਮੌਲਿਕ ਫਰਜ਼ਾਂ ਦੇ ਵਿਧਾਨ ਸ਼ਾਮਿਲ ਹਨ ਹਾਂਜੀ ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਦੇ ਵਿੱਚ ਮੌਲਿਕ ਕਰਤੱਵਾਂ ਦੇ ਵੀ ਜਿਹੜੇ ਵਿਧਾਨ ਆ ਉਹ ਸ਼ਾਮਿਲ ਆ ਤੇ ਇਹ ਹੈਗੀ ਆ ਜੀ 51 ਦੇ ਵਿੱਚ অপਸ਼ਨ ਸੀ ਇਸ ਦਾ ਰਾਈਟ ਆਨਸਰ 51A ਦੇ ਵਿੱਚ ਆ ਨੈਕਸਟ ਹੈ অশোক मेहता ਕਮੇਟੀ ਨੇ ਇਹਨਾਂ ਵਿੱਚੋਂ ਕਿਹੜੀ ਪੰਚਾਇਤ ਪ੍ਰਣਾਲੀ ਦੀ ਸ਼ਿਫਾਰਿਸ਼ ਕੀਤੀ ਸੀ ਹਾਂਜੀ অশোক मेहता ਕਮੇਟੀ ਨੇ ਇਹਨਾਂ ਦੇ ਵਿੱਚੋਂ ਕਿਹੜੀ ਪੰਚਾਇਤੀ ਪ੍ਰਣਾਲੀ ਦੀ ਸ਼ਿਫਾਰਿਸ਼ ਕੀਤੀ ਸੀ ਇਹ ਪਿਛਲੇ ਸਾਲ ਜਿਹੜੇ ਸਟੂਡੈਂਟਸ ਨੇ ਕੌਨਸਟੇਬਲ ਦਾ ਐਗਜ਼ਾਮ ਦਿੱਤਾ ਤਾਂ ਉਹ ਦੇਖ ਕੇ ਸਮਝ ਜਾਣਗੇ ਕਿ ਕਿੰਨਾ ਇੰਪੋਰਟੈਂਟ ਐਮਸੀਕਿਊ ਹੈ ਕਿਉਂਕਿ ਪਿਛਲੇ ਸਾਲ ਐਗਜ਼ਾਮ ਦੇ ਵਿੱਚੋਂ ਲਈ ਹਮੇ 3 ਐਮਸੀਕਿਊ ਜਿਹੜੇ ਇਕੱਠੇ ਹੋਣ ਲਗਾਤਾਰ ਆਉਣਗੇ অশੋਕ मेहता ਕਮੇਟੀ ਨੇ ਇਹਨਾਂ ਵਿੱਚੋਂ ਕਿਹੜੀ ਪੰਚਾਇਤ ਪਰਨਾਲੀ ਦੀ ਸ਼ਫਾਰਿਸ਼ ਕੀਤੀ ਸੀਗੀ ਤਾਂ ਇਹ ਕੀਤੀ ਸੀ ਜੀ ਦੋ ਪੱਧਰੀ ਪੰਚਾਇਤੀ ਪ੍ਰਣਾਲੀ ਦੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਭਾਰਤ ਵਿੱਚ ਪਹਿਲਾ ਨਗਰ ਨਿਗਮ ਕਿੱਥੇ ਸਥਾਪਿਤ ਕੀਤਾ ਗਿਆ ਸੀ ਹਾਂਜੀ ਭਾਰਤ ਦੇ ਵਿੱਚ ਪਹਿਲਾ ਨਗਰ ਨਗਰ ਨਿਗਮ ਜਿਹੜਾ ਇਹ ਕਲਕੱਤਾ ਦੇ ਸੌਰੀ ਮਦਰਾਸ ਦੇ ਵਿੱਚ ਸਥਾਪਿਤ ਹੋਇਆ ਸੀ ਭਾਰਤ ਵਿੱਚ ਪਹਿਲਾ ਨਗਰ ਨਿਗਮ ਮਦਰਾਸ ਦੇ ਵਿੱਚ ਸਥਾਪਿਤ ਕੀਤਾ ਗਿਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਈਮੇਲ ਦਾ ਪੂਰਾ ਨਾਮ ਕੀ ਹੈ ਹਾਂਜੀ ਈਮੇਲ ਦਾ ਨਾਮ ਪੁੱਛਿਆ ਜਾ ਰਿਹਾ ਇੱਥੇ ਤੁਹਾਨੂੰ ਤਾਂ ਈਮੇਲ ਦਾ ਪੂਰਾ ਨਾਮ ਕੀ ਹੈ ਈਮੇਲ ਦੇ ਪੂਰੇ ਨਾਮ ਦੀ ਗੱਲ ਕਰੀਏ ਤਾਂ ਇਸ ਦਾ ਪੂਰਾ ਨਾਮ ਆਜੀ ਇਲੈਕਟ੍ਰੋਨਿਕ ਮੇਲ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕੀਬੋਰਡ ਦੀ ਸਭ ਤੋਂ ਉੱਪਰ ਵਾਲੀ ਲਾਈਨ ਵਿੱਚ ਮੌਜੂਦਾ ਬਟਨਾਂ ਨੂੰ ਕੀ ਕਿਹਾ ਜਾਂਦਾ ਹਾਂਜੀ ਕੀਬੋਰਡ ਕੀਬੋਰਡ ਤੁਸੀਂ ਸਭ ਨੇ ਸੁਣਿਆ ਹੋਣਾ ਹੈਨਾ ਤਾਂ ਇਹਦੇ ਵਿੱਚ ਜਿਹੜੀ ਸਭ ਤੋਂ ਉੱਪਰ ਵਾਲੀ ਲਾਈਨ ਹੁੰਦੀ ਆ ਜਿਹਦੇ ਵਿੱਚ ਹੁੰਦਾ F1 F2 F3 F4 ਤਾਂ ਇਹ ਜਿਹੜੀ ਲਾਈਨ ਆ ਇਹਨੂੰ ਕੀ ਬੋਲਦੇ ਆ ਇਹਨੂੰ ਅਸੀਂ ਬੋਲਦੇ ਆ ਫੰਕਸ਼ਨ ਕੀਜ਼ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ F1 ਤੋਂ F12 ਤੱਕ ਹੁੰਦੀਆਂ ਹੈ ਠੀਕ ਹੈ ਨੈਕਸਟ ਹੈ ਹਾਰਡ ਕਾਪੀ ਵਿੱਚ ਅੰਤਰ ਦੁਆਰਾ ਲਈ ਜਾਂਦੀ ਹੈ ਹਾਂਜੀ ਹਾਰਡ ਕਾਪੀ ਕਿਸ ਕਿਸ ਜੰਤਰ ਦੁਆਰਾ ਲਈ ਜਾਂਦੀ ਹੈ ਇੱਥੇ ਆਉਣਾ ਸੀ ਹਾਰਡ ਕਾਪੀ ਕਿਸ ਜੰਤਰ ਦੁਆਰਾ ਲਈ ਜਾਂਦੀ ਹੈ ਤਾਂ ਹਾਰਡ ਕਾਪੀ ਕਿਹੜਾ ਜੰਤਰ ਲੈਂਦਾ ਵਾ ਪ੍ਰਿੰਟਰ ਲਿੰਦਾ ਵਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਸਕੈਂਡਰੀ ਸਟੋਰੇਜ ਦਾ ਅਸਲ ਕੰਮ ਕੀ ਹੁੰਦਾ ਹੈ ਹਾਂਜੀ ਸਕੈਂਡਰੀ ਸਟੋਰੇਜ ਦਾ ਅਸਲ ਕੰਮ ਹੁੰਦਾ ਭਵਿੱਖ ਦੇ ਲਈ ਡਾਟੇ ਨੂੰ ਸਟੋਰ ਕਰਨਾ ਤਾਂ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਕਿਹੜਾ ਸਰਚ ਇੰਜਨ ਨਹੀਂ ਹੈ ਹਾਂਜੀ ਇਹਨਾਂ ਦੇ ਵਿੱਚੋਂ ਸਰਚ ਇੰਜਨ ਕਿਹੜੇ-ਕਿਹੜੇ ਆ ਗੂਗਲ ਜਾਹੂ ਬਿੰਗ ਇਹ ਸਾਰੇ ਕੀ ਹੈ ਸਰਚ ਇੰਜਨ ਆ ਤੇ ਉਹਨੇ ਪੁੱਛਿਆ ਕਿ ਕਿਹੜਾ ਸਰਚ ਇੰਜਨ ਨਹੀਂਗਾ Chrome ਆ ਜਿਹੜਾ ਉਹ ਸਰਚ ਇੰਜਨ ਨਹੀਂਗਾ ਬਲਕਿ ਇੱਕ ਵੈਬ ਬ੍ਰਾਊਜ਼ਰ ਆ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਉਸਤਤ ਦਾ ਸਮਾਨਾਰਥਿਕ ਸ਼ਬਦ ਚੁਣੋ ਹਾਂਜੀ ਉਸਤਤ ਉਸਤਤ ਦਾ ਸਮਾਨਾਰਥਿਕ ਸੁਣਨਾ ਤੁਸੀਂ ਉਸਤਤ ਦਾ ਮਤਲਬ ਕੀ ਹੁੰਦਾ ਆਪਾਂ ਆਪਾਂ ਸੁਣਦੇ ਨਹੀਂ ਮੋਸਟਲੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ ਜਹਾਨ ਜੇ ਆਪ ਸੱਚੇ ਮਾਰਗੇ ਚੱਲਦੇ ਆ ਤਾਂ ਸਾਰਾ ਜਹਾਨ ਜਿਹੜਾ ਉਹ ਵਡਿਆਈ ਕਰਦਾ ਵਾ ਠੀਕ ਹੈ ਤਾਂ ਹੁਣ ਦੱਸੋ ਇੱਥੇ ਉਸ ਦਾ ਸਮਾਨ ਆਰਥਿਕ ਸ਼ਬਦ ਕੀ ਆ ਤਾਂ ਇਹ ਹੈਗਾ ਵਾ ਜੀ ਏ ਆਪਸ਼ਨ ਵਡਿਆਈ ਨੈਕਸਟ ਹੈ ਮੁਹਾਵਰਾ ਪੂਰਾ ਕਰੋ ਹਾਂਜੀ ਮੁਹਾਵਰਾ ਪੂਰਾ ਕਰਨਾ ਅੱਖਾਂ ਵਿੱਚ ਉਤਰਨਾ ਕੀ ਉਤਰਨਾ ਅੱਖਾਂ ਦੇ ਵਿੱਚ ਇਹ ਦੱਸਣਾ ਤੁਸੀਂ ਅੱਖਾਂ ਦੇ ਵਿੱਚ ਲਹੂ ਉਤਰਨਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਨੈਕਸਟ ਹੈ ਜੀ ਜਿਸ ਸ਼ਬਦ ਤੋਂ ਕਿਰਿਆ ਬਣਦੀ ਹੈ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਜਿਹੜੇ ਸ਼ਬਦ ਤੋਂ ਕਿਰਿਆ ਬਣਦੀ ਆ ਉਸ ਨੂੰ ਕੀ ਬੋਲਦੇ ਆ ਉਸ ਨੂੰ ਬੋਲਦੇ ਆ ਮੂਲ ਸ਼ਬਦ ਠੀਕ ਹੈ ਜਿਹਦੇ ਤੋਂ ਕਿਰਿਆ ਬਣੇ ਉਸ ਨੂੰ ਬੋਲਦੇ ਆ ਮੂਲ ਸ਼ਬਦ ਜਾਂ ਤਾਤੂ ਨੈਕਸਟ ਹੈ ਜੀ ਸ਼ਬਦਾਂ ਦੇ ਰੂਪਾਂਤਰਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹਾਂਜੀ ਸ਼ਬਦਾਂ ਦੇ ਜਿਹੜੇ ਰੂਪਾਂਤਰਨ ਆ ਜਾਂ ਸ਼ਬਦਾਂ ਦੇ ਜਿਹੜੇ ਰੂਪ ਆ ਉਹ ਕਿੰਨੇ ਤਰ੍ਹਾਂ ਦੇ ਹੋ ਸਕਦੇ ਆ ਦੋ ਤਰ੍ਹਾਂ ਦੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਕਿਹੜੇ ਕਿਹੜੇ ਸਾਰਥਕ ਅਤੇ ਨਿਰਾਰਥਕ ਠੀਕ ਹੈ ਵੈਸੇ ਸ਼ਬਦ ਬਹੁਤ ਤਰ੍ਹਾਂ ਦੇ ਹੁੰਦੇ ਆ ਰਚਨਾ ਦੇ ਆਧਾਰ ਤੇ ਹੋਰ मीनिंग ਆ ਕਿ ਰਚਨਾ ਦੇ ਆਧਾਰ ਤੇ ਵੀ ਆ ਜਾਂਦੇ ਆ ਠੀਕ ਹੈ ਵੰਤਰ ਦੇ ਆਧਾਰ ਤੇ ਵੀ ਆ ਜਾਂਦੇ ਆ ਰੂਪ ਦੇ ਪੱਖੋਂ ਵੀ ਆ ਜਾਂਦੇ ਆ ਤੇ ਇਹ ਡਿਪੈਂਡ ਕਰਦਾ ਕਿ ਤੁਹਾਨੂੰ ਕੀ ਪੁੱਛਿਆ ਗਿਆ ਨੈਕਸਟ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਹਾਂਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਚੁੰਨਾ ਕਾਲਵਾਚਕ ਕਾਲਵਾਚਕ ਕਾਲ ਦਾ ਮਤਲਬ ਕੀ ਹੁੰਦਾ ਜਿਹਦੇ ਚ ਸਮਾਂ ਦਿੱਤਾ ਹੋਵੇ ਤਾਂ ਹੁਣ ਦੇਖ ਲਓ ਤੁਸੀਂ ਇਹਦੇ ਵਿੱਚ ਸਮਾਂ ਕੀ ਦਿੱਤਾ ਕਾਲਵਾਚਕ ਕਾਲ ਦਾ ਮਤਲਬ ਸਮਝਦੇ ਹੋ ਨਾ ਸਮਾਂ ਤਾਂ ਕਾਲਵਾਚਕ ਕਿਰਿਆ ਵਿਸ਼ੇਸ਼ਣ ਤੁਸੀਂ ਚੁਣਨਾ ਕਾਲ ਦਾ ਮਤਲਬ ਹੈ ਇੱਥੇ ਜੀ ਪਰਸੋਂ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਕਿਉਂਕਿ ਸਮਾਂ ਪਰਸੋਂ ਦਾ ਦਿੱਤਾ ਹੋਇਆ ਕਿਸੇ ਨੂੰ ਜਾਂ ਆਪਾਂ ਪਰਸੋਂ ਜਿਹੜਾ ਲੰਘ ਚੁੱਕਿਆ ਉਹਦੀ ਗੱਲ ਕੀਤੀ ਆ ਜਾਂ ਆਉਣ ਵਾਲਾ ਉਹਦੀ ਗੱਲ ਕੀਤੀ ਹੈ ਇਹ ਅਲੱਗ-ਅਲੱਗ ਰਹਿ ਗਈ ਪਰ ਸਮਾਂ ਵਾਂ ਇੱਧਰ ਠੀਕ ਹੈ ਨੈਕਸਟ ਹੈ ਕਸਾਈ ਸ਼ਬਦ ਦਾ ਇਸਤਰੀ ਲਿੰਗ ਚੁਣੋ ਹਾਂਜੀ ਕਸਾਈ ਕਸਾਈ ਦਾ ਇਸਤਰੀ ਲਿੰਗ ਕੀ ਹੋਗਾ ਕਸਾਈਣ ਤਾਂ অপਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੈ ਨੈਕਸਟ ਹੈ ਕਿਹੜਾ ਨਿਸ਼ਚੇਵਾਚਕ ਪੜਨਾਮ ਹੈ ਹਾਂਜੀ ਇਹਨਾਂ ਦੇ ਵਿੱਚੋਂ ਨਿਸ਼ਚੇਵਾਚਕ ਪੜਨਾਮ ਕਿਹੜਾ ਵਾ ਨਿਸ਼ਚੇਵਾਚਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਨਿਸ਼ਚੇਵਾਚਕ ਦਾ ਮਤਲਬ ਹੁੰਦਾ ਵਾ ਕਿਸੇ ਚੀਜ਼ ਵੱਲ ਇਸ਼ਾਰਾ ਕਰਨਾ ਜਦੋਂ ਨਾਮ ਜਾਂ ਪੜਨਾਮ ਦੇ ਵੱਲ ਇਸ਼ਾਰਾ ਕਰਕੇ ਅਸੀਂ ਕਿਸੇ ਵਸਤੂ ਬਾਰੇ ਦੱਸੀਏ ਤਾਂ ਉਹਨੂੰ ਬੋਲਦੇ ਆ ਨਿਸ਼ਚੇਵਾਚਕ ਪੜਨਾਮ ਹੁਣ ਇਸ਼ਾਰਾ ਕਰਨ ਲਈ ਅਸੀਂ ਕੀ ਬੋਲਦੇ ਆ ਇਹ ਬੋਲਾਂਗੇ ਨਾ ਇਹ ਇਸ਼ਾਰਾ ਜਦੋਂ ਕਰਾਂਗੇ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਜੀ ਬਹੁਤੇ ਸ਼ਬਦਾਂ ਦੀ ਤਾਂ ਇੱਕ ਸ਼ਬਦ ਚੁਣਨਾ ਜੋ ਕਦੇ ਨਾ ਥੱਕੇ ਹਾਂਜੀ ਜਿਹੜਾ ਬੰਦਾ ਕਦੇ ਨਹੀਂ ਥੱਕਦਾ ਉਹਨੂੰ ਕੀ ਬੋਲ ਦਿੰਨੇ ਆ ਜੋ ਕਦੇ ਨਾ ਥੱਕੇ ਤਾਂ ਉਹਨੂੰ ਅਸੀਂ ਬੋਲ ਦਿੰਨੇ ਆ ਅਨਥਕ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਦੀ ਨੇ ਨੂੰ ਕਿਸ ਤਰ੍ਹਾਂ ਦੇ ਸਬੰਧਕ ਹਨ ਹਾਂਜੀ ਇੱਥੇ ਸਬੰਧਕ ਦੀ ਗੱਲ ਹੋਈ ਹੈ ਸਬੰਧਕ ਕਿਹੜੇ ਆ ਇਹ ਸਬੰਧਕ ਹੈਗਾ ਜੀ ਪੂਰਣ ਸਬੰਧਕ ਸਬੰਧਕ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਪੂਰਨ ਤੇ ਇੱਕ ਆਪੂਰਨ ਤੇ ਦੀ ਨੇ ਨੂੰ ਇਹ ਕਿਸ ਤਰ੍ਹਾਂ ਦੇ ਸਬੰਧਕ ਆ ਇਹ ਪੂਰਨ ਸਬੰਧਕ ਆ ਨੈਕਸਟ ਹੈ ਇਕੱਠਵਾਚਕ ਨਾਮ ਚੁਣੋ ਹਾਂਜੀ ਇਕੱਠਵਾਚਕ ਨਾਮ ਕੀ ਆ ਇਕਾਠਵਾਚਕ ਇਕਾਠਵਾਚਕ ਮਤਲਬ ਜਦੋਂ ਕਿਸੇ ਸਮੂਹ ਦੀ ਗੱਲ ਕੀਤੀ ਜਾਵੇ ਮੰਨ ਕੇ ਚਲੋ ਇੱਜੜ ਦੀ ਗੱਲ ਕੀਤੀ ਜਾਂਦੀ ਹੈ ਕਿਸੇ ਕਲਾਸ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਕੀ ਆ ਵੱਧ ਵਿਦਿਆਰਥੀ ਆ ਜਾਂਦੇ ਆ ਜਦੋਂ ਇੱਕ ਸਮੂਹ ਇਕੱਠਾ ਹੁੰਦਾ ਝੁੰਡ ਹੁੰਦਾ ਨਾ ਉਹਨੂੰ ਅਸੀਂ ਬੋਲਦੇ ਆ ਇਕਾਠਵਾਚਕ ਨਾਂ ਤਾਂ ਟੀਮ ਆ ਜਿਹੜੀ ਇਸ ਦੇ ਵਿੱਚ ਵੱਧ ਵਿਦਿਆਰਥੀ ਹੁੰਦੀ ਆ ਵੱਧ ਵਿਅਕਤੀ ਹੋ ਸਕਦੇ ਆ ਠੀਕ ਹੈ ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਗੇਤਰ ਲਗਾਇਆ ਜਾ ਸਕਦਾ ਹੈ ਹਾਂਜੀ ਇਹਨਾਂ ਦੇ ਵਿੱਚ ਕਿਹੜਾ ਗੇਤਰ ਲਗਿਆ ਹੋਇਆ ਵਾ ਜੀਵਨੀ ਵਿਸ਼ਵਾਸ ਮਾਣ ਤਾਂ ਇਹਨਾਂ ਦੇ ਵਿੱਚ ਕਿਹੜਾ ਗੇਤਰ ਲਗਾ ਕੇ ਨਵੇਂ ਜਿਹੜੇ ਸ਼ਬਦਾਂ ਉਹ ਬਣਾਏ ਜਾ ਸਕਦੇ ਆ ਤਾਂ ਦੇਖੋ ਸਵੈ ਜੀਵਨੀ ਸਵੈ ਵਿਸ਼ਵਾਸ ਸਵੈ ਮਾਣ ਠੀਕ ਹੈ ਤਾਂ ਇੱਥੇ ਜਿਹੜਾ ਰਾਈਟ ਆਨਸਰ ਬਣੇਗਾ ਜੀ ਸਾਡਾ ਆਪਸ਼ਨ ਬੀ ਬਣੇਗਾ ਨੈਕਸਟ ਹੈ ਹਾਂਜੀ ਅੱਗੇ ਤੁਸੀਂ ਸ਼ੁੱਧ ਸ਼ਬਦ ਦੇ ਲਿਖਣਾ ਸ਼ੁੱਧ ਕਰਕੇ ਲਿਖਣਾ ਵਾ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹਦੇ ਸਪੈਲਿੰਗ ਕੋਰੈਕਟ ਆ ਤਾਂ ਇਹਦੇ ਦੱਸਣ ਦੇ ਲਈ ਤੁਸੀਂ ਆਪ ਦੇਖ ਲਓ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਕਿ ਤੁਸੀਂ ਇੱਕ ਵਾਰ ਸ਼ਬਦ ਨੂੰ ਸਮਝ ਲਓ ਕਿ ਕੀ ਲਿਖਣ ਦੀ ਕੋਸ਼ਿਸ਼ ਕੀਤੀ ਉਹਨੂੰ ਆਪ ਲਿਖੋ ਕਿਉਂਕਿ ਉੱਥੇ ਤੁਹਾਨੂੰ ਆਪਸ਼ਨ ਇਦਾਂ ਦੀਆਂ ਨਹੀਂ ਆਉਣੀਆਂ ਕਿ ਉਹਨਾਂ ਨੇ ਪਜ਼ਲ ਕਰ ਦੇਣਾ ਜੇਕਰ ਆਸਾਨੀ ਨਾਲ ਮਿਲ ਰਿਹਾ ਤਾਂ ਲੱਭ ਦੇਣਾ ਜੇਕਰ ਨਾ ਮਿਲੇ ਤਾਂ ਆਪ ਲਿਖ ਲਓ ਕਿ ਔ ਗੁਣ ਲਿਖਣ ਦੀ ਕੋਸ਼ਿਸ਼ ਕੀਤੀ ਹੈ ਉਹ ਇਦਾਂ ਪੈਣਾ ਤਾਂ ਆਪਸ਼ਨ ਬੀ ਇਥੇ ਰਾਈਟ ਆਨਸਰ ਹੈ ਨੈਕਸਟ ਹੈ ਸੰਦੂਖ ਹਾਂਜੀ ਸੰਦੂਖ ਦਾ ਇਸਤਰੀ ਲਿੰਗ ਦੱਸਣਾ ਸੰਦੂਖ ਦਾ ਇਸਤਰੀ ਲਿੰਗ ਹੋਊਗਾ ਸੰਦੂਕੜੀ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਸੱਜਣ ਦਾ ਵਿਰੋਧੀ ਸ਼ਬਦ ਚੁਣੋ ਹਾਂਜੀ ਸੱਜਣ ਸੱਜਣ ਦਾ ਵਿਰੋਧੀ ਸ਼ਬਦ ਕੀ ਹੋਊਗਾ ਤਾਂ ਸੱਜਣ ਦਾ ਵਿਰੋਧੀ ਸ਼ਬਦ ਹੋਊਗਾ ਜੀ ਦੁਰਜਨ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਉਸ ਦੇ ਦੁਪट्टे ਦਾ ਰੰਗ ਪੀਲਾ ਹੈ ਵਾਕ ਵਿੱਚ ਵਿਸ਼ੇਸ਼ਣ ਚੁਣੋ ਹਾਂਜੀ ਵਿਸ਼ੇਸ਼ਣ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣੀ ਇੱਥੇ ਵਿਸ਼ੇਸ਼ਤਾ ਕੀ ਦੀ ਦੱਸੀ ਹੈ ਦੁਪट्टे ਦੀ ਕੀ ਵਿਸ਼ੇਸ਼ਤਾ ਕਿ ਉਹ ਪੀਲੇ ਰੰਗ ਦਾ ਤਾਂ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਹਾਂਜੀ ਅੱਗੇ ਤੁਹਾਡੇ ਜਿਹੜਾ ਰੀਜ਼ਨਿੰਗ ਦਾ ਪੋਰਸ਼ਨ ਹੈ ਸਟਾਰਟ ਹੋ ਚੁੱਕਿਆ। ਹਾਂਜੀ ਨੈਕਸਟ ਤੁਹਾਨੂੰ ਰੀਜ਼ਨਿੰਗ ਦਾ ਪੋਰਸ਼ਨ ਦਿੱਤਾ ਜਿਹੜਾ ਕਿ ਤੁਹਾਡੇ ਲਈ ਹੋਰ ਵੀ ਇੰਪੋਰਟੈਂਟ ਹੋਣ ਵਾਲਾ ਕਿਉਂਕਿ ਇਸ ਦੇ ਵਿੱਚ ਵੀ ਐਮਸੀਕਿਊ ਬਹੁਤ ਜ਼ਿਆਦਾ ਇੰਪੋਰਟੈਂਟ ਲਏ ਗਏ ਆ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਹਾਂਜੀ ਦਿੱਤੀ ਗਈ ਅੰਕਾਂ ਦੀ ਲੜੀ ਲਈ ਢੁਕਮਾ ਵਿਕਲਪ ਚੁਣੋ ਜੋ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਤੇ ਆਵੇਗਾ। ਤਾਂ ਇਸ ਅੰਕਾਂ ਦੀ ਲੜੀ ਜਿਹੜੀ ਤੁਹਾਨੂੰ ਦਿੱਤੀ ਹੋਈ ਆ ਸੀਰੀਜ਼ ਤੁਹਾਡੇ ਸਾਹਮਣੇ ਆ ਜਿਸ ਦੇ ਵਿੱਚ ਕੀ ਲਿਖਿਆ ਗਿਆ 3 15 ਅਗਲਾ ਨੰਬਰ ਅਸੀਂ ਪਤਾ ਕਰਨਾ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 3 ਕਿਵੇਂ ਬਣ ਰਿਹਾ ਦੇਖੋ ਜਦੋਂ ਮੈਂ 2 ਨੂੰ 2 ਨਾਲ ਡਿਫਰੈਂਸ ਮੈਥਡ ਚੈੱਕ ਕੀਤਾ ਤਾਂ ਉਹ ਤਾਂ ਨਹੀਂ ਲੱਗਿਆ ਪਰ ਜਦੋਂ ਮੈਂ 2 ਨੂੰ 2 ਨਾਲ ਮਲਟੀਪਲਾਈ ਕਰਕੇ ਮਾਈਨਸ 1 ਕਰੂੰਗੀ ਤਾਂ ਇਹ 3 ਬਣ ਗਿਆ ਠੀਕ ਹੈ ਸੇਮ ਇਸੇ ਤਰ੍ਹਾਂ 4 ਨੂੰ 4 ਨਾਲ ਮਲਟੀਪਲਾਈ ਕਰਾਂਗੇ ਚੌਕਮ ਚੌਕੀ 16 ਮਾਈਨਸ 1 ਕਰਾਂਗੇ ਤੇ ਮੇਰੇ ਕੋਲ ਆਣ ਗਿਆ 15 ਹੁਣ ਤੁਸੀਂ ਦੇਖੋ 2 ਤੋਂ ਬਾਅਦ 4 ਲੈ ਆਉਣੇ 3 ਛੱਡਿਆ ਹੋ ਜਾਣਾ ਇਹੀ ਪ੍ਰੋਸੈਸ ਨਾਲ ਮੈਂ 5 ਛੱਡ ਕੇ ਅਗਲਾ ਨੰਬਰ 6 ਲੈ ਲਵਾਂਗੀ ਮਤਲਬ ਉਹ ਕਲੀਆਂ ਜਿਸ ਤਸੰਖਿਆਵਾਂ ਲੈ ਰਿਹਾ ਜਾਨੀ ਕਿ ਔਡ ਈਵਨ ਨੰਬਰ ਲੈ ਰਿਹਾ ਵਾ ਤਾਂ 36 36 36 ਚੋਂ ਮੈਂ -1 ਕੀਤਾ ਤਾਂ ਇਹ ਬਣ ਗਿਆ 35 ਮਤਲਬ ਅਗਲਾ ਨੰਬਰ ਕੀ ਆਉਣਾ 35 ਤਾਂ 35 ਆਪਸ਼ਨ ਕਿਹੜੀ ਆ ਆਪਸ਼ਨ B ਚਾ ਇਸ ਤੋਂ ਅਗਲਾ ਵੀ ਚੈੱਕ ਕਰ ਲੈਣੇ ਆ ਇਸ ਤੋਂ ਅੱਗੇ 7 ਛੱਡ ਦੇਣਾ ਸੀ 8 ਲੈ ਲੈਣਾ ਸੀ 8 8 64 ਚੌਂਟ ਦੇ ਵਿੱਚੋਂ ਮੈਂ 1 ਮਾਈਨਸ ਕਰੂੰਗੀ ਇਹ ਕਿੰਨਾ ਬਣਿਆ ਨਾ 63 ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਅੱਖਰਾਂ ਦੀ ਲੜੀ ਵਿੱਚ ਕੋਜ ਅੱਖਰ ਗੁੰਮ ਹਨ ਤਾਂ ਦਿੱ ਅੱਖਰਾਂ ਦੀ ਲੜੀ ਵਿੱਚੋਂ ਕੋਜ ਅੱਖਰ ਗੁੰਮ ਹਨ ਦਿੱਤੇ ਹੋਏ ਅੱਖਰਾਂ ਵਿੱਚੋਂ ਤੁਸੀਂ ਠੁਕਮਾ ਵਿਕਲਪ ਚੁਣਨਾ ਵਾ ਕਿ ਕਿਹੜਾ ਵਾ ਜਿਹੜਾ ਇਸ ਲੜੀ ਨੂੰ ਪੂਰਾ ਕਰ ਰਿਹਾ ਸਭ ਤੋਂ ਪਹਿਲਾਂ ਆਪ ਅੱਖਰ ਲਿਖ ਲੈਣੇ ਆ ਸੀ ਆ ਜੈਡ ਆ ਐਫ ਉਸ ਤੋਂ ਬਾਅਦ ਐਕਸ ਤੇ ਫਿਰ ਆਈ ਫਿਰ ਵੀ ਤੇ ਫਿਰ ਐਲ ਤੇ ਫਿਰ T ਤੇ ਫਿਰ O ਠੀਕ ਹੈ ਉਸ ਤੋਂ ਬਾਅਦ ਅਸੀਂ ਦੋ ਨੰਬਰ ਪਤਾ ਕਰਨੇ ਤੇ ਇਹ ਦੋ ਪਤਾ ਕਰਨ ਦੇ ਲਈ ਆਪਾਂ ਕੀ ਕਰ ਲੈਨੇ ਆ ਸਭ ਤੋਂ ਪਹਿਲਾਂ ਤੁਸੀਂ ਦੇਖੋ C ਤੋਂ ਬਾਅਦ F C ਦੇ ਵਿੱਚ ਮੈਂ 3 ਐਡ ਕੀਤੇ F ਆਇਆ F ਵਿੱਚ 3 ਐਡ ਕੀਤੇ I ਆਇਆ I ਦੇ ਵਿੱਚ 3 ਐਡ ਕੀਤੇ L L ਵਿੱਚ 3 ਐਡ ਕੀਤੇ O O ਕਿੰਨੇਵੇਂ ਨੰਬਰ ਤੇ ਆਉਂਦਾ ਉਹ 15 ਤੇ ਆਉਂਦਾ 15 'ਚ ਵੀ 3 ਐਡ ਕਰ ਦਿੰਨੀ ਆ ਇਹ ਬਣ ਗਿਆ 18 18 ਤੇ ਕੀ ਆਉਂਦਾ R मतलब लास्ट वाला नंबर तो पता लग गया कि आर आना हूँ आर पे दो ऑप्शन अच्छ लास्ट पर तो इस वाला भी चैक कर लिनी हाँ जैड तो बाद जैड चो मैं दो माइनस करूँगी तो एक्स बन रहा एक्स चो मैं दो माइनस किए वी आ गया वी चो मैं दो माइनस किए टी आ गया टी दे दो माइनस करूँगी देखो टी किए नंबर से आता वीते भी दो माइनस किए कि बन गया अठारह अठारह किन्ने आरते तो ऑप्शन नंबर इतने सी राइट आंसर है आर आर ठीक है ऑप्शन सी राइट आंसर बन रहा नैक्सट है ਦਿੱਤੇ ਗਏ ਵਿਕਲਪਾਂ ਵਿੱਚੋਂ ਠੁਕਮਾਵਾਂ ਵਿਕਲਪ ਚੁਣੋ ਫਿਰ ਤੁਹਾਨੂੰ ਨੰਬਰ ਸੀਰੀਜ਼ ਦਿੱਤੀ ਹੋਈ ਹੈ ਨੰਬਰ ਦਿੱਤੇ ਹੋਏ ਆ 7 8 18 15 ਸੌਰੀ 15 ਨਹੀਂ 57 ਠੀਕ ਹੈ 18 ਤੋਂ ਬਾਅਦ ਦਿੱਤਾ ਹੋਇਆ 57 ਤੇ ਅਗਲਾ ਨੰਬਰ ਅਸੀਂ ਪਤਾ ਕਰਨਾ ਸਭ ਤੋਂ ਪਹਿਲਾਂ ਦੇਖੋ 7 ਨੂੰ ਮੈਂ ਗੁਣਾ ਕਰੂੰਗੀ 1 ਨਾਲ ਤਾਂ ਇਹ ਬਣ ਗਿਆ 7 ਪਲੱਸ ਮੈਂ 1 ਕੀਤਾ ਤਾਂ ਇਹ ਬਣ ਗਿਆ 8 ਠੀਕ ਹੈ ਸੇਮ ਇਸੇ ਤਰ੍ਹਾਂ ਆਪਾਂ 8 ਨੂੰ ਗੁਣਾ ਕਰਾਂਗੇ 2 ਨਾਲ ਤਈ ਬਣ ਗਿਆ 16 16 ਦੇ ਵਿੱਚ ਮੈਂ 2 ਐਡ ਕੀਤੇ ਤਾਂ ਇਹ ਬਣ ਗਿਆ 18 ਹੁਣ ਆਪਾਂ 18 ਨੂੰ ਵੀ ਸੇਮ ਇਦਾਂ ਹੀ ਕਰਦੇ ਹਾਂ ਪਹਿਲਾਂ ਇੱਕ ਨਾਲ ਗੁਣਾ ਕੀਤਾ ਦੋ ਨਾਲ ਫਿਰ ਤਿੰਨ ਨਾਲ ਕਰ ਲਵਾਂਗੇ 18 ਨੂੰ 3 ਹਾਂਜੀ 18 ਨੂੰ 3 ਕਿੰਨੇ ਹੁੰਦੇ ਆ 18 ਨੂੰ 3 ਆਉਂਦੇ ਆ 54 ਠੀਕ ਹੈ 54 ਦੇ ਵਿੱਚ ਮੈਂ 3 ਐਡ ਕੀਤੇ ਇਹ ਬਣ ਗਿਆ 57 57 ਬਣ ਗਿਆ ਹੁਣ ਆਪਾਂ ਐਜ਼ ਇਟ ਇਜ਼ ਹੀ ਇਹਹੀ ਪ੍ਰੋਸੈਸ ਲਗਾ ਕੇ 57 ਨੂੰ 4 ਨਾਲ ਗੁਣਾ ਕਰਨੀ ਆ 57 ਨੂੰ ਮੈਂ 4 ਨਾਲ ਗੁਣਾ ਕਰੂੰਗੀ ਇਹ ਬਣ ਜਾਣਾ 232 ਪਲੱਸ 4 ਐਡ ਕਰ ਦੇਣੇ ਆ ਜਿੰਨੇ ਨਾਲ ਗੁਣਾ ਕੀਤੀ ਉਹੀ ਐਡ ਕਰ ਦੇਣੇ ਆ ਤੇ ਇਹ ਬਣ ਗਿਆ 200 32 ਤੋਂ ਬਾਅਦ ਇਹ ਸੌਰੀ ਇੱਥੇ ਜਦੋਂ 58 ਨੂੰ ਆਪਾਂ 57 ਨੂੰ ਆਪਾਂ 4 ਨਾਲ ਗੁਣਾ ਕਰਾਂਗੇ 7 4 28 ਹੁੰਦੇ ਆ ਤਾਂ ਇੱਥੇ ਬਣਨਾ 228 ਠੀਕ ਹੈ 228 ਪਲੱਸ 4 ਕੀਤਾ ਇਹ ਬਣ ਗਿਆ 232 ਦੇਖੋ ਲੌジਕ ਲੱਗ ਰਿਆ ਨਾ 228 32 ਤੁਸੀਂ ਆਪ ਕਰਕੇ ਦੇਖ ਲੈਣਾ ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਹੈ ਨੈਕਸਟ ਹੈ ਜੀ ਉਹਨਾਂ ਨੇ ਬੋਲਿਆ ਕਿ ਹੇਠਾਂ ਦਿੱਤੀ ਗਈ ਲੜੀ ਦੇ ਵਿੱਚ ਹਾਂਜੀ ਇੱਥੇ ਹੇਠਾਂ ਕੋਈ ਲੜੀ ਦਿੱਤੀ ਹੈ ਤੁਹਾਨੂੰ ਜਿਹੜੀ ਤੁਹਾਨੂੰ ਦਿਖ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਤਾਂ ਇਸ ਦੇ ਵਿੱਚ ਉਹਨਾਂ ਨੇ ਬੋਲਿਆ ਕਿ ਇਹ ਸੰਖ ਲੜੀ ਦੇ ਵਿੱਚ ਕਿੰਨੇ ਸੱਤ ਹਨ ਉਹ ਸੱਤ ਦੇਖਣੇ ਆ ਜਿੰਨਾ ਤੋਂ ਤਤਕਾਲ ਪਹਿਲਾਂ 6 ਤਾਂ ਹੋਵੇ ਪਰ ਉਹਦੇ ਤੋਂ ਪਹਿਲਾਂ 8 ਨਾ ਹੋਵੇ ਹਾਂਜੀ ਤੁਸੀਂ ਉਹ ਸੱਤ ਲੈਣੇ ਆ ਜੀਦੇ ਤੋਂ ਪਹਿਲਾਂ 6 ਆ ਪਰ ਉਹਦੇ ਤੋਂ ਪਹਿਲਾਂ 8 ਨਾ ਹੋਵੇ ਇੱਕ ਤਾਂ 7 ਇਹ ਆ ਇਹਦੇ ਤੋਂ ਪਹਿਲਾਂ 8 ਆ ਗਿਆ ਇਹ ਅਸੀਂ ਨਹੀਂ ਲੈਣਾ ਤਾਂ ਆਪਾਂ ਕਿਹੜਾ 7 ਲੈਣਾ ਵਾ ਐਰੋ ਬਣਾ ਲੈਨੇ ਆ ਨਾਲ ਹੀ ਇੱਕ ਤਾਂ 7 ਤੇ ਲੈਣਾ ਵਾ ਠੀਕ ਹੈ ਇਹਦੇ ਤੋਂ ਪਹਿਲਾਂ 6 ਆ ਪਰ ਪਹਿਲਾਂ ਜਦੋਂ ਆਹ 7 ਦੀ ਗੱਲ ਕਰੀਏ ਜਿਹੜਾ ਇਹ ਦਿਖ ਰਿਹਾ ਨਾ ਤੁਹਾਨੂੰ ਇਹ 7 ਆ ਜਿਹੜਾ ਇਸ 7 ਦੇ ਪਹਿਲਾਂ 6 ਤਾਂ ਹੈਗਾ ਪਰ ਉਦੋਂ ਪਹਿਲਾਂ 8 ਆ ਗਿਆ ਉਹਨੇ ਕੰਡੀਸ਼ਨ ਦਿੱਤੀ ਹੈ ਕਿ 8 ਹੋਣਾ ਨਹੀਂ ਚਾਹੀਦਾ ਠੀਕ ਹੈ ਤਾਂ ਪਹਿ ਵੀ ਛੱਡਤਾ ਅੱਗੇ ਫਿਰ ਆਪਾਂ ਲੈਨੇ ਆਂ ਮੈਂ ਉਪਰੋਂ ਐਰੋ ਹੀਟਾਂ ਨੂੰ ਬਣਾਉਂਗੀ ਜਿਹੜਾ ਵੀ ਲਵਾਂਗੇ ਇੱਕ ਤਾਂ ਹੋ ਗਿਆ ਦੂਸਰਾ ਦੇਖਦੇ ਆ ਉਹ 7 ਲੈਣਾ ਜਿਹਦੇ ਤੋਂ ਪਹਿਲਾਂ 6 ਹੋਵੇ ਪਰ ਇਹਦੇ ਤੋਂ ਪਹਿਲਾਂ ਹੁਣ 6 ਨਹੀਂਗਾ ਠੀਕ ਹੈ ਇਹਦੇ ਤੋਂ ਪਹਿਲਾਂ ਤਾਂ 6 ਹੈਗਾ ਵਾ ਇਹਦੇ ਤੋਂ ਪਹਿਲਾਂ 6 ਹੈਗਾ 8 ਨਹੀਂ ਗਈ ਕੰਡੀਸ਼ਨ ਨੂੰ ਫਾਲੋ ਕਰ ਗਿਆ ਅਗਲਾ ਵਾ ਜਿਹੜਾ 7 ਇਹਦੇ ਤੋਂ ਪਹਿਲਾਂ ਤਾਂ 9 ਆ ਗਿਆ ਤਾਂ ਇਹ ਵਾਲਾ ਨਹੀਂ ਲਵਾਂਗੇ ਫਿਰ ਉਸ ਤੋਂ ਬਾਅਦ ਅੱਗੇ 7 ਆ ਗਿਆ ਇਹ ਤੋਂ ਪਹਿਲਾਂ 6 ਆ ਤੇ 8 ਵੀ ਨਹੀਂ ਗਈ ਹੋ ਗਿਆ ਤੀਜਾ ਠੀਕ ਹੈ ਫੇਰ ਉਸ ਤੋਂ ਬਾਅਦ ਇਹ ਸੱਤਾਂ ਜਿਹੜਾ ਇਹਦੇ ਤੋਂ ਇੱਕ ਕੰਡੀਸ਼ਨ ਨੂੰ ਫੋਲੋ ਨਹੀਂ ਕਰ ਰਿਹਾ ਤੇ ਇਹ ਵੀ ਨਹੀਂ ਫੋਲੋ ਕਰ ਰਿਹਾ ਤਾਂ ਕਿੰਨੇ ਮਿਲੇ ਆਪਾਂ ਨੂੰ ਤਿੰਨ ਤਾਂ ਆਪਸ਼ਨ ਨੰਬਰ ਇੱਥੇ ਕਿਹੜੀ ਰਾਈਟ ਲਗਾਵਾਂਗੇ ਸੀ ਨੈਕਸਟ ਹੈ ਜੀ ਹੇਠ ਦਿੱਤੇ ਵਰਗ ਵਿੱਚੋਂ ਛੋਟਾ ਉਹ ਜੋਟਾ ਚੁਣੋ ਜਿਸ ਵਿੱਚ ਸ਼ਬਦ ਵੱਖਰੇ ਤੌਰ ਤੇ ਸਬੰਧਿਤ ਹਨ ਹਾਂ ਜੀ ਇਹਨਾਂ ਦੇ ਵਿੱਚੋਂ ਕਿਹੜਾ ਜੋਟਾ ਵਾ ਜਿਹੜਾ ਸਹੀ ਆ ਤੇ ਜਿਹਦੇ ਵਿੱਚ ਸ਼ਬਦ ਉਹ ਸਹੀ ਤਾਂ ਤਿੰਨ ਤੇ ਕਿਸੇ ਇੱਕ ਦੇ ਵਿੱਚ ਗਲਤ ਆ ਤੇ ਉਹ ਆਪਾਂ ਚੁਣਨਾ ਵਾ ਬੇਲਚਾ ਦੇਖੋ ਬੇਲਚਾ ਕੀ ਦੇ ਕੰਮ ਆਉਂਦਾ ਚਿੱਕੜ ਕੱਢਣ ਦੇ ਠੀਕ ਹੈ ਇੱਕ ਸਾਈਡ ਜਿਹੜੇ ਸੰ ਦਾ ਉਹ ਲਿਖੇ ਹੋਇਆ ਦੂਸਰੀ ਸਾਈਡ ਉਹਨਾਂ ਦਾ ਕੰਮ ਲਿਖਿਆ ਹੋਇਆ ਬੇਲਚਾ ਚਿੱਕੜ ਕੱਢਦਾ ਵਾ ਪੇਚ ਕਸ ਦੇ ਨਾਲ ਅਸੀਂ ਪੇਚ ਕਸਦੇ ਆ ਹਥੌੜੇ ਦੇ ਨਾਲ ਆਪਾਂ ਕਿੱਲ ਠੋਕਦੇ ਆ ਠੀਕ ਹੈ ਪਰ ਜਿਹੜਾ ਪੈਨ ਤੇ ਪੈਂਸਿਲ ਆ ਇਹ ਕੋਈ ਕੰਮ ਇਹਨਾਂ ਦਾ ਜਿਹੜਾ ਇਦਾਂ ਦਾ ਰਿਲੇਸ਼ਨ ਨਹੀਂ ਬਣ ਰਿਹਾ ਆਪਸ ਦੇ ਵਿੱਚ ਤਾਂ ਆਪਸ਼ਨ ਅਸੀਂ ਬੀ ਇੱਥੇ ਰਾਈਟ ਲਗਾਉਣਾ ਸੀ ਠੀਕ ਹੈ ਜੇਕਰ ਪੈਨ ਆ ਜਾਂਦਾ ਨਾਲ ਆਪਾਂ ਦਿੰਦੇ ਲਿਖਣਾ ਠੀਕ ਹੈ ਫੇਰ ਗੱਲ ਹੋਰ ਬਣ ਜਾਣੀ ਸੀ ਤਾਂ ਹੁਣ ਇਹ ਗੱਲ ਤਾਂ ਨੈਕਸਟ ਉਹ ਮਤਲਬ ਗਲਤ ਦਾ ਮਤਲਬ ਇਹੀ ਸਹੀ ਆ ਕਿ ਸਬੰਧਿਤ ਨਹੀਂ ਗਾਏ ਵਾਲਾ ਆਪਸ਼ਨ ਬੀ ਨੈਕਸਟ ਹੈ ਜੀ ਹਾਂ ਜੀ ਅੱਗੇ ਆਪਾਂ ਪੜਦੇ ਆਂ ਨਾਲ ਦੀ ਨਾਲ ਸਟਰਕਚਰ ਕ੍ਰੀਏਟ ਕਰ ਲੈਨੇ ਆ ਤੇ ਇਹਦੇ ਵਿੱਚ ਦਿੱਤਾ ਕੀ ਹੋਇਆ ਤੁਸੀਂ ਦੇਖੋ ਆਲੋਕ ਪੂਰਬ ਦਿਸ਼ਾ ਵੱਲ ਮੂੰਹ ਕਰਕੇ 15 ਮੀਟਰ ਚੱਲਦਾ ਹੈ ਹਾਂ ਜੀ ਕੋਈ ਆਲੋਕ ਆ ਜਿਹੜਾ ਪੂਰਬ ਦਿਸ਼ਾ ਦੇ ਵੱਲ ਮੂੰਹ ਕਰਕੇ 15 ਮੀਟਰ ਚੱਲ ਰਿਹਾ ਵਾ ਠੀਕ ਹੈ ਚਲੋ ਆਪਾਂ ਬਣਾ ਲੈਂਦੇ ਆ ਨਾਲ ਦੀ ਨਾਲ ਸਟੇਟਮੈਂਟ ਬੋਲ ਦਿੰਨੇ ਆ ਆ ਪੂਰਬ ਦਿਸ਼ਾ ਦੇ ਵੱਲ ਮੂੰਹ ਕਰਕੇ ਆਪਾਂ ਆ ਲੋਕ ਨੂੰ ਚਲਾ ਦਿੱਤਾ ਠੀਕ ਹੈ ਹੁਣ ਤੁਸੀਂ ਦੇਖੋ ਆਪਸ਼ਨ ਆ ਜਿਹੜੀਆਂ ਪੂਰਬ ਪੱਛਮ ਉੱਤਰ ਦੱਖਣ ਦਿਤੀਆਂ ਸੀ ਇਹ ਤਾਂ ਨਹੀਂ ਦੱਸਣਾ ਕਿ ਕਿੰਨੀ ਦੂਰ ਆ ਤਾਂ ਆਪਾਂ 15 ਮਿੰਟ ਕਿਉਂ ਲਿਖੀਏ ਠੀਕ ਹੈ ਆਪਾਂ ਕਿਉਂ ਆਪਣਾ ਖਰਾਬ ਕਰੀਏ ਟਾਈਮ ਆਪਾਂ 15 ਮੀਟਰ ਜਾਂ 10 ਮੀਟਰ ਇੱਥੇ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਸਾਨੂੰ ਆਪਸ਼ਨ ਦੇਖ ਕੇ ਪਤਾ ਲੱਗ ਰਿਹਾ ਅਸ਼ੋਕ ਪੂਰਬ ਵੱਲ ਮੂੰਹ ਕਰਕੇ 15 ਮੀਟਰ ਚੱਲ ਪਿਆ ਠੀਕ ਹੈ ਜੀ ਉਸ ਤੋਂ ਬਾਅਦ ਉਹ ਆਪਣੇ ਖੱਬੇ ਪਾਸੇ ਮੁੜ ਗਿਆ ਖੱਬੇ ਲਈ ਮੈਂ ਤੁਹਾਨੂੰ ਦੱਸਿਆ ਹੋਇਆ ਖੱਬੇ ਲਈ ਤੁਸੀਂ ਐਂਟੀ ਕਲਾਕਵਾਈਜ਼ ਘੜੀ ਦੇ ਉਲਟ ਦਿਸ਼ਾ ਦੇ ਵਿੱਚ ਚੱਲ ਪੈਣਾ ਠੀਕ ਹੈ ਹੁਣ ਖੱਬਾ ਘੜੀ ਦੀ ਉਲਟ ਦਿਸ਼ਾ ਵਾ ਕਿਹੜੀ ਹੋਊਗੀ ਉੱਪਰ ਨੂੰ ਹੋਊਗੀ ਨਾ ਜੇ ਆਪਾਂ ਮੈਂ ਘੜੀ ਦੀ ਉਲਟ ਦਿਸ਼ਾ ਬੋਲ ਰਹੀ ਹਾਂ ਸਿੱਧੀ ਦਿਸ਼ਾ ਤਾਂ ਹੋਗੀ ਉਲਟ ਕਿਹੜੀ ਹੋਊਗੀ ਉੱਪਰੋਂ ਇਧਰ ਨੂੰ ਹੋਗੀ ਠੀਕ ਹੈ ਤਾਂ ਹੁਣ ਉਹ ਕੀ ਕਰਦਾ ਵਾ ਖੱਬੇ ਮੁੜ ਗਿਆ ਫਿਰ ਉਹ 13 ਮੀਟਰ ਚੱਲਿਆ ਇਸ ਦੇ ਬਾਅਦ ਉਹ ਫਿਰ ਸੱਜੇ ਆ ਗਿਆ ਸੱਜੇ ਕਿਧਰ ਹੋ ਗਿਆ ਇਹ ਵਾਲਾ ਸਾਈਡ ਠੀਕ ਹੈ ਸੱਜੇ ਆ ਗਿਆ ਅਤੇ ਫਿਰ 10 ਮੀਟਰ ਚੱਲਦਾ ਤਦ ਅਸੋਏ ਸਮੇਂ ਉਹ ਆਪਣੀ ਪੂਰਵ ਸਥਿਤੀ ਤੋਂ ਕਿਸ ਦਿਸ਼ਾ ਦੇ ਵੱਲ ਆ ਪੂਰਵ ਮਤਲਬ ਜਿੱਥੋਂ ਉਹ ਸ਼ੁਰੂ ਹੋਇਆ ਸੀ ਤੇ ਆ ਉਹਦੀ ਪੂਰਵ ਆ ਠੀਕ ਹੈ ਪਹਿਲੀ ਸਥਿਤੀ ਤੋਂ ਹੁਣ ਕਿਹੜੀ ਦਿਸ਼ਾ ਬਣ ਰਹੀ ਹੈ ਇਹ ਇਹ ਕਿਹੜੀ ਦਿਸ਼ਾ ਬਣ ਰਹੀ ਹੈ ਜਦੋਂ ਇੰਟਰੈਕਸ਼ਨ ਚਾਰਟ ਬਣਾਇਆ ਤਾਂ ਉੱਪਰ ਆ ਜੀ ਨਾਰਥ ਹੇਠਾਂမှာ ਸਾਊਥ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਇੱਧਰ ਸਾਡੇ ਕੋਲ ਪੂਰਵ ਜਾਨੀ ਈਸਟ ਠੀਕ ਹੈ ਤੇ ਇੱਧਰ ਪੱਛਮ ਤਾਂ ਕਿਹੜੀ ਦਿਸ਼ਾ ਬਣ ਰਹੀ ਹੈ ਇਹ ਬਣ ਰਹੀ ਹੈ ਸਾਡੇ ਕੋਲੇ ਉੱਤਰ ਪੂਰਬ ਦੀ ਆਪਸ਼ਨ ਨੰਬਰ ਇਥੇ ਏ ਰਾਈਟ ਆਨਸਰ ਹੋਵੇਗਾ ਠੀਕ ਹੈ ਆਪਸ਼ਨ ਏ ਰਾਈਟ ਆਨਸਰ ਹੈ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਕਥਨ ਦਿੱਤੇ ਹੋਏ ਆ ਜੀ ਤੁਹਾਨੂੰ ਕਥਨ ਦਿੱਤੇ ਆ ਕਿ ਸਾਰੇ ਲੜਕੇ ਹਾਂਜੀ ਅੱਗੇ ਦੇਖੋ ਕਥਨ ਵੰਨ ਦਿੱਤਾ ਹੋਇਆ ਸਾਰੇ ਲੜਕੇ ਨਦੀਆਂ ਹਨ ਹਾਂਜੀ ਸਾਰੇ ਲੜਕੇ ਨਦੀਆਂ ਹਨ ਆਪਾਂ ਇੱਥੇ ਇੱਕ ਕੰਮ ਕਰਦੇ ਹਾਂ ਕਿ ਇਹਨੂੰ ਕਲਰ ਚੂਜ਼ ਕਰ ਲੈਣੇ ਆ ਜਿਵੇਂ ਲੜਕੇ ਮੈਂ ਰੈੱਡ ਨਾਲ ਕਰ ਲਈ ਠੀਕ ਹੈ ਨਦੀਆਂ ਜਿਹੜੀਆਂ ਉਹ ਆਪਾਂ ਬਲੂ ਕਰ ਲੈਣੇ ਆ ਲੜਕੀਆਂ ਵਾਂ ਜਿਹੜੀਆਂ ਉਹ ਆਪਾਂ ਪਿੰਕ ਕਰ ਲੈਨੇ ਆ ਲੜਕੀਆਂ ਇਹ ਲੜਕੀਆਂ ਵਾਂ ਲੜਕੀਆਂ ਪਿੰਕ ਨਾਲ ਠੀਕ ਹੈ ਹੁਣ ਤੁਹਾਨੂੰ ਪਛਾਣ ਰਊਗੀ ਤਾਂ ਸਾਰੇ ਲੜਕੇ ਕੀ ਆ ਨਦੀਆਂ ਵਾਂ ਇਹ ਆਪਾਂ ਬਣਾਣੇ ਆ ਲੜਕੇ ਹਾਂਜੀ ਲੜਕੇ ਸਾਰੇ ਲੜਕੇ ਇਹ ਲੜਕੇ ਆ ਠੀਕ ਹੈ ਇਹ ਸਾਰੇ ਲੜਕੇ ਕੀ ਆ ਨਦੀਆਂ ਵਾਂ ਤੇ ਸਾਰੇ ਲੜਕੇ ਕੀ ਆ ਨਦੀਆਂ ਵਾਂ ਹੁਣ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਕਹਿੰਦਾ ਜਿਹੜੀਆਂ ਕੁਝ ਨਦੀਆਂ ਵਾਂ ਉਹ ਲੜਕੀਆਂ ਵਾਂ ਕੁਝ ਨਦੀਆਂ ਕੀ ਆ ਲੜਕੀਆਂ ਵਾਂ ਇੱਕ ਤਾਂ ਸਟਰਕਚਰ ਬਣ ਗਿਆ ਇਹ ਵਾਲਾ ਠੀਕ ਹੈ ਇਦੇ ਵਿੱਚ ਸਟਰਕਚਰ ਬਣ ਰਹੀ ਆ ਜੀ ਦੋ ਔਰ ਪਾ ਦਿੰਨੀ ਆ ਮੈਂ ਇੱਥੇ ਔਰ ਪਾ ਕੇ ਦੋ ਸਟਰਕਚਰ ਬਣ ਰਹੇ ਆ ਦੋ ਬਣਾਉਣ ਦੋ ਬਣਾਉਣ ਲਈ ਦੇਖੋ ਕੀ ਆ ਕਿ ਇੱਕ ਤਾਂ ਉਹਨੇ ਬੋਲਿਆ ਸਾਰੇ ਲੜਕੇ ਨਦੀਆਂ ਹਨ ਸਾਰੇ ਲੜਕੇ ਨਦੀਆਂ ਹਨ ਚਲੋ ਮੈਂ ਪਹਿਲਾਂ ਲੜਕੀਆਂ ਵਾਲਾ ਸਾਈਨ ਲੈ ਲਿਆ ਇਹਨੂੰ ਵੀ ਆਪਾਂ ਕਰ ਲੈਨੇ ਆ ਸੈੱਟ ਠੀਕ ਹੈ ਉਹਨੇ ਬੋਲਿਆ ਸੀ ਕੁਝ ਨਦੀਆਂ ਵਾਂ ਜਿਹੜੀਆਂ ਉਹ ਕੀ ਆ ਲੜਕੀਆਂ ਵਾਂ ਤਾਂ ਕੁਝ ਨਦੀਆਂ ਵੀ ਬਣਾ ਦਿੱਤੀਆਂ ਕਿ ਲੜਕੀਆਂ ਵਾਂ ਅਗਲੇ ਦੇ ਵਿੱਚ ਉਹਨੇ ਬੋਲਿਆ ਸੀ ਕਿ ਜਿਹੜੇ ਸਾਰੇ ਲੜਕੇ ਆ ਉਹ ਕੀ ਆ ਨਦੀਆਂ ਨੇ ਇੱਕ ਸਟ੍ਰਕਚਰ ਇਹ ਬਣ ਸਕਦਾ ਠੀਕ ਹੈ ਇਹ ਵੀ ਬਣ ਸਕਦਾ ਇਹ ਤੋਂ ਵੱਡਾ ਹੈ ਇਹ ਸਟ੍ਰਕਚਰ ਬਣੋਂਗੇ ਦੋ ਦੇਖੋ ਸਾਰੇ ਲੜਕੇ ਨਦੀਆਂ ਹਨ ਤਾਂ ਆਪਾਂ ਪਹਿਲਾਂ ਸਿੱਟਾ ਨਤੀਜਾ ਕੱਢਦੇ ਆ ਕਿ ਨਿਕਲਦੇ ਆ ਕੁਝ ਲੜਕੀਆਂ ਲੜਕੇ ਹਨ ਇਹਦੇ ਤੋਂ ਦੇਖੋ ਕੁਝ ਲੜਕੀਆਂ ਲੜਕੇ ਹਨ ਕੀ ਇਹਦੇ ਚ ਕੁਝ ਲੜਕੀਆਂ ਲੜਕੇ ਹਨ ਲੜਕੀ ਬੁਆਏ ਇਹ ਆ ਗਰ ਲੇ ਆ ਠੀਕ ਹੈ ਇਹਨਾਂ ਦੇ ਆਪਸ ਚ ਤਾਂ ਕੰਧ ਵੀ ਨਹੀਂ ਸਾਂਜੀ ਤਾਂ ਇਹ ਆਪਾਂ ਗਲਤ ਕਰਤਾ ਅੱਗੇ ਕੁਝ ਲੜਕੇ ਲੜਕੀਆਂ ਹਨ ਕੁਝ ਲੜਕੇ ਲੜਕੀਆਂ ਹਨ ਜਦ ਕੁਝ ਲੜਕੀਆਂ ਹੀ ਲੜਕੇ ਨਹੀਂ ਹੋਏ ਤਾਂ ਕੁਝ ਲੜਕੇ ਕਿੱਥੋਂ ਲੜਕੀਆਂ ਹੋ ਜਾਣਗੇ ਪਹਿਲੇ ਸਟਰਕਚਰ ਤੋਂ ਸਾਡੇ ਦੋਨੇ ਕਥਨਾਂ ਜਿਹੜੇ ਉਹ ਗਲਤ ਹੋਗੇ ਦੂਜੇ ਦੀ ਦੇਖਣ ਦੀ ਲੋੜ ਨਹੀਂ ਕਿਉਂਕਿ ਦੂਸਰਾ ਸੁਭਾਵਨਾ ਪੈਦਾ ਕਰੂਗਾ ਜਿੱਥੇ ਸੁਭਾਵਨਾ ਪੈਦਾ ਹੋਗੀ ਉਹ ਗਲਤ ਆ ਤਾਂ ਆਪਸ਼ਨ ਨੰਬਰ ਦੂਜਾ ਵੀ ਰਾਈਟ ਗਲਤ ਹੋ ਗਿਆ ਤਾਂ ਮਤਲਬ ਨਾ ਤਾਂ ਇੱਥੇ ਪਹਿਲਾ ਹੀ ਫਾਲੋ ਕੀਤਾ ਨਾ ਦੂਜਾ ਫਾਲੋ ਕੀਤਾ ਤਾਂ ਆਪਸ਼ਨ ਡੀ ਰਾਈਟ ਆਨਸਰ ਹੈ ਨੈਕਸਟ ਹੈ ਹੇਠਾਂ ਦਿੱਤੇ ਜਿਤਰੇ ਦੇ ਵਿੱਚ ਦੱਸੋ ਕਿ ਕਿਹੜਾ ਸਹੀ ਆ ਉਹਨੇ ਦੱਸਿਆ ਵਾ ਕਿ ਭਾਰਤ ਹਰਿਆਣਾ ਤੇ ਦੁਨੀਆ ਦੇ ਸਬੰਧ ਵਿੱਚ ਕਿਹੜਾ ਠੀਕ ਆ ਪਾਪ ਬਣਾ ਲੈਨੇ ਆ ਪਹਿਲਾਂ ਦੁਨੀਆ ਬਣਾਉਨੇ ਆ ਦੁਨੀਆ ਦੇ ਵਿੱਚ ਕਿਤੇ ਇੱਥੇ ਭਾਰਤ ਪਿਆ ਤੇ ਭਾਰਤ ਦੇ ਵਿੱਚ ਇੱਕ ਛੋਟਾ ਜਿਹਾ ਭਾਰਤ ਦਾ ਰਾਜ ਪਿਆ ਤਾਂ ਇਹ ਸਟਰਕਚਰ ਇਦਾਂ ਬਣਨਾ ਤੇ ਇਸ ਤਰ੍ਹਾਂ ਦਾ ਦੱਸੋ ਕਿਹੜੀ ਡਾਇਗਰਾਮ ਚ ਬਣਿਆ ਆਪਸ਼ਨ ਡੀ ਚ ਬਣਿਆ ਤੇ ਇਹਦੀ ਆਪਸ਼ਨ ਡੀ ਹੀ ਰਾਈਟ ਹੋਵੇਗੀ ਠੀਕ ਹੈ ਨੈਕਸਟ ਹੈ ਹਾਂਜੀ ਉਹ ਵੀ ਕਲਪ ਚੁਲਣਾ ਜਿਹੜਾ ਕਿ ਇਸ ਪੈਟਰਨ ਨੂੰ ਫਾਲੋ ਕਰੇ ਪੂਰਾ ਕਰੇ ਤਾਂ ਇਹਨੂੰ ਪੂਰਾ ਕਰਨ ਦੇ ਲਈ ਇੱਕ ਤਾਂ ਲਾਈਨ ਆਪਾਂ ਬਣਾ ਦਿੰਨੇ ਆ ਜੀ ਸਭ ਤੋਂ ਪਹਿਲਾਂ ਇੱਕ ਤਾਂ ਇਹ ਹੀ ਬਣ ਰਹੀ ਆ ਠੀਕ ਹੈ ਦੂਸਰੀ ਗੱਲ ਜੇ ਆਪਾਂ ਦੇਖੀਏ ਇਹਨੂੰ ਧਿਆਨ ਨਾਲ ਤੁਸੀਂ ਦੇਖੋ ਕਿਹੜੇ-ਕਿਹੜੇ ਸਟਰਕਚਰ ਆ ਜਿਹੜੀ ਪੂਰਾ ਕਰ ਰਿਆ ਵਾ ਇੱਕ ਕਾਪੀ ਪੈਨ ਨਾਲ ਇਦਾਂ ਹੀ ਤੁਸੀਂ ਨਾ ਆਪਦੇ ਪੈਨ ਨਾਲ ਰਫ ਵਰਕ ਵਿੱਚ ਬਣਾ ਕੇ ਕੰਪਲੀਟ ਕਰੋਗੇ ਫੇਰ ਹੀ ਇਹ ਸਵਾਲ ਹੋਣੇ ਆ ਕਿਉਂਕਿ ਨਹੀਂ ਤਾਂ ਇਹ ਸਵਾਲ ਨਾ ਬਹੁਤ ਟਫ ਲੈਵਲ 'ਚ ਚਲੇ ਜਾਂਦੇ ਆ ਜਦੋਂ ਇਹ ਬਹੁਤ ਔਖੇ ਹੋ ਕੇ ਪਾਏ ਜਾਂਦੇ ਆ ਤਾਂ ਹੁਣ ਤੁਸੀਂ ਦੇਖੋ ਇਸ ਸਵਾਲ ਦੇ ਵਿੱਚ ਆਪਾਂ ਜਿਹੜਾ ਸਟਰਕਚਰ ਆ ਉਹ ਪੂਰਾ ਕਰਨਾ ਵਾ ਜਦੋਂ ਆਪਾਂ ਉਹਨੂੰ ਪੂਰਾ ਕਰਾਂਗੇ ਤਾਂ ਹਾਂਜੀ ਦੇਖ ਲਓ ਜਲਦੀ ਨਾਲ ਇਹਨੂੰ ਤਾਂ ਇਹਦੇ ਵਿੱਚ ਇੱਕ ਤਾਂ ਲਾਈਨ ਇਹ ਬਣ ਰਹੀ ਆ ਜਿਹੜੀ ਆਪਾਂ ਕਹਿ ਸਕਦੇ ਆ ਵਿਕਰਣ ਬਣ ਰਹੇ ਆ ਦੂਸਰੀ ਲਾਈਨ ਕਿਹੜੀ ਬਣੂਗੀ ਦੂਸਰੀ ਕਿੱਥੋਂ ਬਣੂਗੀ ਜੀ ਇਹ ਵਾਲੀ ਠੀਕ ਹੈ ਤੀਸਰੀ ਕਿਹੜੀ ਬਣੂਗੀ ਇੱਕ ਇਹ ਵਾਲੀ ਕਿਉਂਕਿ ਬਾਕੀ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਦਾ ਹੀ ਬਣ ਰਿਹਾ ਵਾ ਤਾਂ ਇਹ ਜਿਹੜੀ ਲਾਈਨਸ ਆ ਇਹਨੂੰ ਦੇਖ ਕੇ ਬਣਾਈ ਆ ਮੈਂ ਇਹਨੂੰ ਦੇਖ ਕੇ ਡਰਾ ਕੀਤੀ ਆ ਕਿਉਂਕਿ ਇਹਦੇ ਨਾਲ ਜਿਹੜਾ ਇਹ ਵਾਲਾ ਬਣਿਆ ਹੋਇਆ ਵਾ ਆਪੋਜ਼ਿਟ ਲਾਈਨਸ ਆ ਜਿਹੜੀਆਂ ਜਾ ਰਹੀਆਂ ਜੇ ਆਪਾਂ ਕਹਿ ਸਕਦੇ ਆ ਪੈਰਲਲ ਜਾ ਰਹੀਆਂ ਵਾ ਠੀਕ ਹੈ ਇਸ ਤਰ੍ਹਾਂ ਦੀ ਆਪਸ਼ਨ ਆਪਾਂ ਦੇਖ ਲੈਂਦੇ ਆ ਕਿਹੜੀ ਆਪਸ਼ਨ ਆਪਸ਼ਨ V ਤੁਹਾਨੂੰ ਸਹੀ ਕਰਕੇ ਦਿਖਾਵਾਂਗੇ ਹਾਂਜੀ ਇੱਥੇ ਆਪਸ਼ਨ ਸਾਡੇ ਕੋਲੇ ਬਣ ਰਹੀ ਹੈ ਜੀ ਆਪਸ਼ਨ ਨੰਬਰ D ਨੈਕਸਟ ਆਪਾਂ ਕਰਦੇ ਆ ਜੀ ਰੀਜਨਿੰਗ ਦਾ ਲਾਸਟ ਸਾਮ ਆ ਗਿਆ ਹੈ ਆਪਣੇ ਕੋਲੇ ਤਾਂ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਇਸ ਪੈਟਰਨ ਨੂੰ ਅਸੀਂ ਫਾਲੋ ਕਰਨਾ ਸਭ ਤੋਂ ਪਹਿਲਾਂ ਇਹ ਜੋ ਟ੍ਰਾਇੰਗਲ ਪਹਿਲੇ ਤੇ ਆ ਫਿਰ ਲਾਸਟ ਤੇ ਆ ਗਈ ਠੀਕ ਹੈ ਹੁਣ ਜਿਹੜੀ ਟ੍ਰਾਇੰਗਲ ਆ ਉਹ ਕਿਹੜੇ ਡੱਬੇ ਚ ਆ ਗਈ ਉਹ ਤੀਜੇ ਚ ਆ ਗਈ ਇਹ ਡੱਬਾ ਤਾਂ ਖਾਲੀ ਰਹਿ ਗਿਆ ਹੁਣ ਟ੍ਰਾਇੰਗਲ ਇੱਥੇ ਆਉਗੀ ਇਹਦਾ ਮਤਲਬ ਇਹ ਕਲੀਅਰ ਹੋ ਜਾਣਾ ਹੁਣ ਦੇਖੋ ਅੱਗੇ ਇਹਦੇ ਵਿੱਚ ਕਿਹੜੇ-ਕਿਹੜੇ ਫਾਲੋ ਕਰ ਰਹੇ ਆ ਇਹਦੇ ਵਿੱਚ ਆ ਐਰੋ ਨਹੀਂਗਾ ਜਿਹੜਾ ਫਿਲ ਕੀਤਾ ਹੋਇਆ ਨਾ ਇਸ ਤਰ੍ਹਾਂ ਦਾ ਐਰੋ ਜਾਨੇਗਾ ਠੀਕ ਹੈ ਇਹ ਵੀ ਮਿਲ ਗਿਆ ਤੇ ਅੱਗੇ ਇਹਦੇ ਵਿੱਚ ਹੁਣ ਕੀ ਦੀ ਕਮੀ ਰਹਿ ਗਈ ਇਸ ਦੇ ਵਿੱਚ ਦੇਖੋ ਕੀ ਦੀ ਕਮੀ ਰਹਿ ਗਈ ਇੱਕ ਸਰਕਲ ਦੀ ਤਾਂ ਇਹ ਸਰਕਲ ਹੋ ਗਿਆ ਹੁਣ ਸਰਕਲ ਐਰੋ ਤੇ ਟ੍ਰਾਇੰਗਲ ਕਿਹਦੇ ਵਿੱਚ ਇਸ ਤਰ੍ਹਾਂ ਪਏ ਆ ਉਹ ਅਸੀਂ ਲੈਣਾ ਵਾ ਵੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਤਾਂ ਇਹ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਚ ਪਈ ਆ ਦੇਖ ਲਓ ਨੈਕਸਟ ਅਸੀਂ ਕਰਦੇ ਆ ਜੀ ਹਾਂਜੀ ਨੈਕਸਟ ਹੈ ਤੁਹਾਨੂੰ 6 91 ਦਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਰੀਜ਼ਨਿੰਗ ਦਾ ਤੁਹਾਨੂੰ ਮੈਥ ਰੀਜ਼ਨਿੰਗ ਪੋਰਸ਼ਨ ਖਤਮ ਹੋ ਚੁੱਕਿਆ ਮੈਥ ਸ਼ੁਰੂ ਹੋ ਗਿਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਕੀ ਦਿੱਤਾ ਹੋਇਆ ਆ ਆਪਾਂ ਲਿਖ ਲੈਣੇ ਆ 3.6 0.6 ਮਲਟੀਪਲਾਈ ਸਟਾਰ ਦਾ ਮਤਲਬ ਹੈ ਮਲਟੀਪਲਾਈ 6 ਦੀ ਘਾਤ 2 6 6 ਸਭ ਤੋਂ ਪਹਿਲਾਂ ਆਪਾਂ ਡਿਵਾਈਡ ਖਤਮ ਕਰਦੇ ਆਂ ਬਟਾ ਖਤਮ ਕਰਦੇ ਆਂ 6 ਨਾਲ 6 ਕੈਨਸਲ ਹੋ ਗਿਆ ਹੁਣ ਪੁਆਇੰਟ ਨਾਲ ਪੁਆਇੰਟ ਵੀ ਕੈਨਸਲ ਹੋ ਗਿਆ 6 ਕਮ 6 36 ਤਾਂ ਇਹ ਕਿੰਨਾ ਬਣ ਗਿਆ 6 ਗੁਣਾ 6 ਦੀ ਪਾਵਰ 2 ਦਾ ਮਤਲਬ ਕਿ 6 ਜਿਹੜਾ ਉਹ 2 ਟਾਈਮਸ ਮਲਟੀਪਲਾਈ ਹੋ ਰਿਹਾ 6 ਕਮ 6 36 36 212 ਤਾਂ ਆਪਸ਼ਨ ਇੱਥੇ ਸੀ ਰਾਈਟ ਆਨਸਰ ਹੈ ਨੈਕਸਟ ਹੈ ਜੀ ਨੈਕਸਟ ਤੁਹਾਨੂੰ ਰੇਸ਼ੋ ਐਂਡ ਪ੍ਰੋਪੋਰਸ਼ਨ ਦਾ ਸਵਾਲ ਦਿੱਤਾ ਹੋਇਆ ਜਿਹਦੇ ਵਿੱਚ ਏ ਬੀ ਮੈਂ ਤੁਹਾਨੂੰ ਬਹੁਤ ਹੀ ਚੰਗੀ ਤਰ੍ਹਾਂ ਗਵਾਂਡੀ ਮੈਥਡ ਕਰਵਾਇਆ ਕਿ ਅਸੀਂ ਏ ਰੇਸ਼ੋ ਬੀ ਰੇਸ਼ੋ ਸੀ ਜਦੋਂ ਵੀ ਪਤਾ ਕਰਨਾ ਹੁੰਦਾ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਪਹਿਲਾਂ ਲਿਖ ਲਓ ਫਿਰ ਪਹਿਲੀ ਲਾਈਨ ਦੇ ਕੋਰਸਪੋਂਡਿੰਗ ਦੇਖੋ ਏ ਕਿੰਨਾ ਮਾ 7 ਆ ਬੀ ਕਿੰਨਾ ਮਾ 9 ਆ ਤਾਂ ਏ ਦੇ ਹੇਠਾਂ 7 ਬੀ ਦੇ ਹੇਠਾਂ 9 ਫਿਰ ਤੁਸੀਂ ਅਗਲੀ ਲਾਈਨ 'ਚ ਜਾਣਾ ਅਗਲੀ ਲਾਈਨ 'ਚ ਤੁਸੀਂ ਬੀ ਦੇਖੋ ਬੀ ਕੋਰਸਪੋਂਡਿੰਗ ਇਹਦੇ ਕਿੰਨਾ ਮਾ 3 ਆ ਤਾਂ ਬੀ ਦੇ ਹੇਠਾਂ ਹੀ 3 ਲਿਖੋਗੇ ਫਿਰ ਉਸ ਤੋਂ ਅੱਗੇ ਸੀ ਕਿੰਨਾ ਮਾ 5 ਆ ਤਾਂ ਐਵੇਂ ਲਿਖ ਲਿਆ ਜੋ ਮੈਨੂੰ ਪਤਾ ਸੀ ਉਹ ਮੈਂ ਲਿਖ ਲਿਆ ਪਰ ਜੋ ਜਗ੍ਹਾ ਖਾਲੀ ਪਈ ਆ ਉਹਦੇ ਵਿੱਚ ਫਿਲ ਕਰਨ ਦੇ ਲਈ ਆਪਾਂ ਗਵਾਂਡੀ ਮੈਥਡ ਲਾਉਣਾ ਤਾਂ ਜੋ ਆਪਾਂ ਉੱਪਰ ਜਾ ਵਾਲਾ ਨਹੀਂ ਲੈਣਾ ਜੋ ਨਾਲ ਪਿਆਵਾ ਨਾ ਉਹ ਲੈਣਾ ਵਾ ਤਾਂ ਇੱਥੇ 9 ਪਿਆਵਾ ਇਧਰ 9 ਲੈ ਲਿਆ ਇੱਥੇ ਕਿਹੜਾ ਪਿਆਵਾ 3 ਪਿਆ ਤਾਂ 3 ਹੁਣ ਦੇਖੋ ਇਹਨਾਂ ਨੂੰ ਗੁਣਾ ਕਰੋ 7 3 21 9 3 27 9 5 45 ਹੁਣ ਤੁਸੀਂ ਦੇਖੋ ਇਹ ਕਿਸੇ ਸਾਂਝੇ ਭਾੜੇ ਚ ਆ ਰਹੇ ਆ ਹਾਂਜੀ ਬਿਲਕੁਲ ਆ ਰਹੇ ਆ ਇਹ ਤਿੰਨ ਦੇ ਭਾੜੇ ਤੇ ਕੈਨਸਲ ਹੋ ਰਹੇ ਆ ਜਦੋਂ ਮੈਂ 3 ਤੇ ਡਿਵਾਈਡ ਕਰੂੰਗੀ ਇਹਨੇ ਬਣ ਜਾਣਾ 7 ਤੇ ਇਹਨੇ ਬਣ ਜਾਣਾ 9 ਦੂਸਰੇ ਨੇ ਬਣ ਜਾਣਾ 45 7 9 ਤੇ 45 ਆਪਸ਼ਨ ਸੀ ਰਾਈਟ ਆਨਸਰ ਹੈ। ਨੈਕਸਟ ਹੈ ਜੀ ਰਾਜਨ ਨੇ ਇੱਕ ਟੈਸਟ ਵਿੱਚੋਂ 76% ਅਤੇ ਸੋਨੀਆ ਨੇ 480 ਅੰਕ ਲਏ ਆ। ਹਾਂਜੀ ਪਰਸੈਂਟੇਜ ਦੇ ਵਿੱਚੋਂ ਪਾਇਆ ਗਿਆ ਵਾ। ਰਾਜਨ ਨੇ ਇੱਕ ਟੈਸਟ ਦੇ ਵਿੱਚੋਂ 76% ਲੈ ਲੇ ਤੇ ਸੋਨੀਆ ਨੇ 480% ਅੰਕ ਲੈ ਲੇ ਤਾਂ ਟੈਸਟ ਦੇ ਵੱਧ ਤੋਂ ਵੱਧ ਜਿਹੜੇ ਅੰਕ ਆ ਉਹ ਰਾਜਨ ਅਤੇ ਸੋਨੀਆ ਦੇ ਅੰਕਾਂ ਨੂੰ ਮਿਲਾ ਕੇ ਪ੍ਰਾਪਤ ਕੀਤੇ ਗਏ ਆ। ਮੈਂ ਮੰਨ ਲੈਂਨੀ ਆ ਕਿ ਰਾਜਨ ਅਤੇ ਸੋਨੀਆ ਦੇ ਮਿਲ ਕੇ ਜਿਹੜੇ ਅੰਕਾ ਟੋਟਲ ਉਹ ਐਕਸ ਆ। ਠੀਕ ਹੈ? ਜੇ ਰਾਜਰ ਨੇ 76% ਲਏ ਆ ਤਾਂ ਉਹਨੇ 76% ਆਫ x ਲਿਆ ਵਾ ਠੀਕ ਹੈ ਤੇ ਸੋਨੀਆਂ ਦੇ ਕਿੰਨੇ ਆ 480 ਆ ਬਸ ਇਹਨੂੰ ਸੋਲਵ ਕਰਨਾਗੇ ਤਾਂ 76% ਮਤਲਬ /100 ਨਾਲ x ਆ ਗਿਆ 448 x ਜਦੋਂ ਇਹਨੂੰ ਅਸੀਂ ਸੋਲਵ ਕਰਾਂਗੇ ਇੱਥੇ ਬਣ ਜਾਣਾ 76 ਐ x 48 1000 ਕਿਉਂਕਿ ਐਲਸੀਐਮ ਲੈ ਰਹੀਆਂ ਮੈਂ ਤੇ ਇਹ 100 ਉਧਰ ਜਾ ਕੇ ਮਲਟੀਪਲਾਈ ਹੋ ਜਾਣਾ ਇੱਥੇ ਬਣ ਗਿਆ 100x ਠੀਕ ਹੈ ਹੁਣ ਜਦੋਂ 100x 'ਚੋਂ ਮੈਂ 76x ਮਾਈਨਸ ਕਰੂੰਗੀ 100 'ਚੋਂ ਜਦੋਂ ਮੈਂ 76 ਮਾਈਨਸ ਕਰੂੰਗੀ ਤਾਂ ਦੇਖੋ ਇੱਥੇ ਕੀ ਬਣੂਗਾ ਇੱਥੇ ਬਣ ਜਾਣਾ ਵਾ ਜੀ ਕਿਉਂਕਿ ਇਹ ਉਧਰ ਜਾ ਕੇ ਮਾਈਨਸ ਹੋ ਜਾਊਗਾ ਨਾ ਹੁਣ ਆਪਣੇ ਕੋਲੇ ਲਾਸਟ ਜੋ ਸਟੇਟਮੈਂਟ ਬਣ ਗਈ ਉਹਨੂੰ ਮੈਂ ਲਿਖ ਲੈਣੀ ਆ ਇੱਥੇ ਆਪਣੇ ਕੋਲੇ ਬਣਿਆ ਜੀ 76 76x 480 ਯਾਨੀ ਕਿ ਇੱਥੇ ਬਣ ਗਿਆ ਸੀ 48000 100x ਠੀਕ ਹੈ 100 ਦੇ ਵਿੱਚੋਂ ਮੈਂ 76 ਮਾਈਨਸ ਕੀਤੇ ਤਾਂ ਇਹ ਮੇਰੇ ਕੋਲ ਰਹਿ ਜਾਣਾ 24x 48000 48000 ਨੂੰ ਜਦੋਂ ਮੈਂ ਐਕਸ ਨਾਲ ਡਿਵਾਈਡ ਕਰੂੰਗੀ ਜਾਨੀ ਕਿ 24 ਨਾਲ ਡਿਵਾਈਡ ਕਰੂੰਗੀ 24 ਦੂਣਾ ਕਿੰਨਾ ਹੁੰਦਾ ਵਾ 24 ਦੂਣਾ ਹੁੰਦਾ ਜੀ 48 ਤਾਂ ਇਹ ਬਣ ਗਿਆ ਮੇਰੇ ਕੋਲੇ 2000 ਮਤਲਬ ਟੋਟਲ ਅੰਕ ਕਿਦੇ ਸੋਨੀਆ ਦੇ ਅਤੇ ਰਾਜਨ ਦੇ ਟੋਟਲ ਅੰਕ 2000 ਆ 2000 ਦੇ ਵਿੱਚੋਂ ਰਾਜਨ ਜੇ ਸੋਨੀਆ ਦੇ 480 ਆ ਤਾਂ ਰਾਜਨ ਦੇ ਕਿੰਨੇ ਲਈ ਹੋਣਗੇ 2000 ਦੇ ਵਿੱਚੋਂ ਜੇ ਸੋਨੀਆ ਦੇ 480 ਆ ਤੇ ਰਾਜਨ ਦੇ ਕਿੰਨੇ ਹੋਣਗੇ ਘਟਾ ਕੇ ਲਿਖ ਦਵਾਂਗੇ ਕਿ 1520 ਹੋਣਗੇ ਠੀਕ ਹੈ ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਹੈ ਨੈਕਸਟ ਹੈ ਹਾਂਜੀ ਜਸਮੀਰ ਤੇਰਾ ਮੇਲ ਦੋਵੇਂ ਪੈਨ ਖਰੀਦਣ ਗਏ ਹਾਂਜੀ ਜਸਮੀਰ ਜਸਮੀਰ ਤੇਰਾ ਮੇਲ ਦੋਵੇਂ ਪੈਨ ਖਰੀਦਣ ਗਏ ਆ ਦੋਮਾ ਕੋਲ ਸ਼ੁਰੂ ਵਿੱਚ 100 ਜੁਹੇ ਰੁਪਏ ਸੀ ਤੇ ਦੋਹਾਂ ਨੇ 100 ਜੁਹੇ ਪੈਨ ਵੀ ਖਰੀਦ ਲਏ ਜਸਮੀਰ ਨੇ 5 ਪੈਨ ਖਰੀਦੇ ਤਾਂ ਉਸ ਕੋਲ 100 ਰੁਪਏ ਬਚੇ ਤੇਰਾ ਮੇਲ ਨੇ 7 ਪੈਨ ਖਰੀਦੇ ਤਾਂ ਉਸ ਕੋਲ ਤੁਸੀਂ ਦੱਸਣਾ ਕਿ ਕਿੰਨੇ 20 ਰੁਪਏ ਬਚੇ ਤਾਂ ਇੱਕ ਪੈਨ ਦੀ ਕੀਮਤ ਦੱਸੋ ਕੀ ਆ ਹਾਂਜੀ ਇੱਥੇ ਕੀ ਲਿਖਿਆਉਣੇ ਕਿ ਜੋ ਸੁਮੇਰ ਤੇਰਾ ਰਾਮੇਲ ਦੋਵੇਂ ਪੈਨ ਖਰੀਦਣ ਗਏ ਆ ਦੋਮਾਂ ਦੇ ਕੋਲ ਸ਼ੁਰੂ ਵਿੱਚ ਜਿਹੜੇ ਪੈਨ ਸੀਗੇ ਉਹਨਾਂ ਨੇ ਇੱਕੋ ਜਿਹੀ ਖਰੀਦੇ ਆ ਇੱਕ ਨੇ ਤਾਂ 5 ਪੈਨ ਖਰੀਦ ਲਈ 100 ਰੁਪਏ ਬਚ ਗਿਆ ਦੂਸਰੇ ਨੇ 7 ਖਰੀਦ ਲਈ 20 ਰੁਪਏ ਬਚ ਗਏ ਤਾਂ ਪੈਨ ਦੀ ਕੀਮਤ ਦੱਸਣੀ ਆ ਤੁਸੀਂ ਕੀ ਆ हां जी बहुत ही ਆਪਾਂ ਕਹਿ ਸਕਦੇ ਆ ਕਿ ਈਜ਼ੀ ਆ ਦੇਖੋ ਉਹਨੇ 5 ਪੈਨ ਖਰੀਦੇ ਆ ਪੈਨ ਦੀ ਕੀਮਤ ਅਸੀਂ ਮੰਨ ਲੈਂਦੇ ਆ x ਆ ਠੀਕ ਹੈ ਪੰਨ 5 ਪੈਨ ਖਰੀਦ ਕੇ x ਕੀਮਤ ਸੀ ਉਹਦੀ ਪੈਨ ਦੀ ਤਾਂ ਉਹ ਕੀ ਦੇ ਬਰਾਬਰ ਆ ਗਈ ਕਿਉਂਕਿ ਦੋਨਾਂ ਦੇ ਪੈਨਾਂ ਜਿਹੜੇ ਕੀ ਪੈਸੇ ਆ ਦੋਨਾਂ ਕੋਲ ਇੱਕੋ ਜਿਹੇ ਆ ਤਾਂ ਉਹਨੇ ਦੂਜੇ ਨੇ 7 ਖਰੀਦੇ ਆ ਤੇ ਉਹਦੇ ਕੋਲੇ ਬਚੇ ਕਿੰਨੇ ਆ 20 ਰੁਪਏ ਇਹ ਵੀ ਉਹਦੇ ਨਾਲ ਹੀ ਐਡ ਹੋਣਗੇ ਠੀਕ ਹੈ ਟੋਟਲ ਮਤਲਬ ਸਾਡੇ ਕੋਲ ਇਹ ਕਨਸੈਪਟ ਆ ਜਿਹੜਾ ਬਣ ਰਿਹਾ ਕਿਉਂਕਿ ਉਹਨੇ 5 ਪੈਨ ਖਰੀਦੇ ਆ ਮੈਂ ਪੈਨ ਮੰਨ ਲਈ ਕਿ x ਆ ਠੀਕ ਹੈ ਤੇ ਉਹਦੇ ਕੋਲ 100 ਰੁਪਏ ਬਚ ਗਿਆ ਦੂਜੇ ਨੇ 7 ਖਰੀਦੇ ਆ ਤੇ ਉਹਦੇ ਕੋਲੇ 20 ਬਚ ਗਏ ਦੋਨਾਂ ਦੇ ਪੈਸੇ ਬਰਾਬਰ ਸੀ ਇਸ ਕਰਕੇ ਮੈਂ ਬਰਾਬਰ ਰੱਖ ਲੇ ਹੁਣ ਦੇਖੋ axx x ਸਾਈਡ ਲੈ ਜਾਣੇ ਆ ਤੇ ਇਹ ਵਾਲੇ ਇੱਕ ਸਾਈਡ 100 ਚੋਂ 100 ਚੋਂ 20 ਮਾਈਨਸ ਕਰਾਂਗੇ ਤਾਂ 80 ਬਚ ਜਾਣਾ ਠੀਕ ਹੈ 7x ਚੋਂ 5x ਮਾਈਨਸ ਕਰਾਂਗੇ ਤਾਂ ਇਹ 2x ਬਚ ਜਾਣਾ ਤੇ ਦੋ ਇਧਰ ਆ ਕੇ ਡਿਵਾਈਡ ਹੋ ਜਾਊਗਾ ਐਕਸ ਆ ਗਿਆ 40 ਮਤਲਬ ਇੱਕ ਪੈਨ ਦੀ ਕੀਮਤ 40 ਰੁਪਏ ਆ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਕੁਝ ਪੈਸੇ ਸਧਾਰਨ ਵਿਆਜ ਦੀ ਦਰ ਤੇ ਦੋ ਸਾਲਾਂ ਵਿੱਚ 2440 ਹੋ ਜਾਂਦੇ ਆ ਦੋ ਸਾਲਾਂ ਦੇ ਵਿੱਚ ਪੈਸੇ ਆ ਜਿਹੜੇ ਉਹ 2240 ਸੋਰੀ 2240 ਹੋ ਜਾਂਦੇ ਆ ਤੇ ਜਿਹੜੇ 5 ਸਾਲਾਂ ਦੇ ਵਿੱਚ ਉਹੀ ਪੈਸੇ ਆ 2600 ਹੋ ਜਾਣਗੇ ਤਾਂ ਉਹ ਪੈਸੇ ਪਤਾ ਕਰੋ ਵੀ ਕਿੰਨੇ ਸੀ ਜਿਹੜੇ ਉਧਾਰ ਲਈ ਗਏ ਆ ਹਾਂਜੀ ਪੈਸੇ ਵਿਆਜ ਲੱਗ ਕੇ 2 ਸਾਲਾਂ ਦੇ ਵਿੱਚ 2440 ਬਣ ਗਏ ਫਿਰ ਵਿਆਜ ਲੱਗ ਕੇ ਮਤਲਬ ਕਿੰਨੇ ਬਣ ਗਏ 2600 ਬਣ ਗਿਆ ਤਾਂ ਆਪਾਂ ਲੱਭ ਲੈਨੇ ਆ ਕਿ 3 ਸਾਲਾਂ ਦਾ ਵਿਆਜ ਨਿਕਲੂਗਾ ਇਹਨਾਂ ਨੂੰ ਜਦੋਂ ਮੈਂ ਮਾਈਨਸ ਕਰੂੰਗੀ ਇੱਥੋਂ ਇਕੱਲਾ ਵਿਆਜ ਨਿਕਲ ਆਊਗਾ ਨਾ ਵਿਆਜ ਜਦੋਂ ਕੱਢਾਂਗੇ ਤਾਂ ਇਹ ਕਿੰਨਾ ਰਹਿ ਗਿਆ ਇਹ ਰਹਿ ਗਿਆ 360 ਤਾਂ ਇੱਕ ਸਾਲ ਦਾ ਵਿਆਜ ਕਿੰਨਾ ਆ ਗਿਆ ਇੱਕ ਸਾਲ ਦਾ ਵਿਆਜ ਆ ਗਿਆ 120 ਰੁਪਏ ਹੁਣ ਇੱਕ ਸਾਲ ਦਾ 120 ਰੁਪਏ ਆ ਦੋ ਸਾਲਾਂ ਚ ਕੋਈ ਰਾਸ਼ੀ 24 2240 ਬਣੀ ਆ ਹੈਨਾ 2 ਸਾਲਾਂ ਚ ਕੋਈ ਰਾਸ਼ੀ 2240 ਬਣੀ ਆ 1 ਸਾਲ ਦੇ 200 ਰੁਪਏ ਆ ਤਾਂ 2 ਸਾਲ ਦਾ ਵਿਆਜ ਕਿੰਨਾ ਹੋ ਗਿਆ 240 ਤੇ 240 ਮੇਰੇ ਚੋ ਮਾਈਨਸ ਕਰ ਦੂੰਗੀ ਤਾਂ ਇਹ ਕਿੰਨਾ ਬਣ ਜਾਣਾ 240 ਜਦੋਂ ਮਾਈਨਸ ਕੀਤਾ ਹੀ ਬਣ ਗਿਆ ਜੀ 2000 ਮਤਲਬ ਜਿਹੜੀ ਵਿਆਜ ਤੇ ਰਾਸ਼ੀ ਲਈ ਸੀ ਨਾ ਉਹ 2000 ਲਈ ਗਈ ਸੀ ਜਿਹਦੇ ਤੇ 2 ਸਾਲਾਂ ਦਾ ਵਿਆਜ 2240 ਬਣ ਗਿਆ ਤੇ 5 ਸਾਲਾਂ ਦਾ 2600 ਬਣਿਆ ਨੈਕਸਟ ਹੈ AB AB ਤੇ C ਹਾਂਜੀ ਜਿਵੇਂ ਕਿ ਆਪਾਂ ਪਹਿਲਾਂ ਹੀ ਕੀਤੇ ਆ ਇਹ ਸਮ ਮੇਕ ਅ ਸਾਈਡ ਤੁਹਾਨੂੰ ਨੰਬਰ ਆਫ ਡੇਜ਼ ਲਿਖੋਨੀ ਆ ਠੀਕ ਹੈ ਦੂਸਰੀ ਸਾਈਡ ਆਪਾਂ ਕੀ ਕਰ ਲਿਖਦੇ ਹੁੰਨੇ ਆ ਕਿ ਆਦਮੀਆਂ ਦੇ ਆਦਮੀ ਆਦਮੀ ਲਿਖਦੇ ਹੁੰਨੇ ਆ ਨਾ ਆਦਮੀ ਲਿਖ ਲੈਣੇ ਇੱਥੇ ਨੰਬਰ ਆਫ ਪਰਸਨ ਠੀਕ ਹੈ ਤੇ ਆਦਮੀ ਕਿੰਨੇ ਆ ਹੁਣ A B ਤੇ C ਇਹਨਾਂ ਤਿੰਨਾਂ ਨੇ ਮਿਲ ਕੇ 4 ਦਿਨ ਕੰਮ ਕੀਤਾ ਉਸ ਤੋਂ ਬਾਅਦ A ਇਕੱਲੇ ਨੇ A ਨੇ ਇਕੱਲੇ ਨੇ ਕੰਮ ਕੀਤਾ ਕਿੰਨੇ ਦਿਨ ਕੀਤਾ 12 ਦਿਨ ਕੀਤਾ ਤੇ B ਨੇ ਇਕੱਲੇ ਨੇ ਕਿੰਨੇ ਦਿਨ ਕੰਮ ਕੀਤਾ 18 ਦਿਨ ਕੀਤਾ ਅਸੀਂ C ਦਾ ਪਤਾ ਕਰਨਾ ਤਾਂ ਇੱਥੋਂ ਅਸੀਂ ਪਹਿਲਾਂ ਟੋਟਲ ਕੰਮ ਲੱਭਾਂਗੇ ਕਿ ਇਹਨਾਂ ਨੂੰ ਕਿੰਨੇ ਆ ਟੋਟਲ ਕੰਮ ਕਿਵੇਂ ਲੱਭਦੇ ਹੁੰਨੇ ਆ ਐਲਸੀਐਮ ਲੈ ਕੇ 4 12 ਤੇ 18 ਦਾ ਐਲਸੀਐਮ ਲਓ ਜਲਦੀ ਨਾਲ ਹੁਣ ਕਿੰਨਾ ਹੋ ਹਾਂਜੀ 4 12 ਤੇ 18 ਜਦੋਂ ਮੈਂ 18 ਦਾ ਭਾੜਾ ਦੇਖਦੀ ਆ ਤਾਂ 18 ਦਾ ਹੀ ਭਾੜੇ ਦੇ ਵਿੱਚ ਦੇਖੋ ਪਹਿਲਾਂ 18 ਸਭ ਤੋਂ ਵੱਡਾ ਕਿਹੜਾ 18 18 4 ਚ ਨਹੀਂ ਆਉਂਦਾ ਫੇਰ ਉਸ ਤੋਂ ਬਾਅਦ ਆਪਾਂ ਪੜਿਆ 18 1 18 18 ਦੁਨਾ 36 ਪਰ 36 ਤਾਂ ਹੁੰਦਾ ਨਾ 36 12 ਚ ਵੀ ਆਉਂਦਾ ਤਾਂ ਇਹਨਾਂ ਦਾ ਐਲਸੀਐਮ ਕਿੰਨਾ ਹੋਗਾ 36 ਮਤਲਬ ਇਹਨਾਂ ਨੂੰ ਜਿਹੜੇ ਟੋਟਲ ਕੰਮ ਆ ਉਹ 36 ਕੰਮ ਟੋਟਲ ਕੰਮ ਕਿੰਨੇ ਆ 36 ਕੰਮ ਆ ਹੁਣ ਅਸੀਂ ਐਫੀਸ਼ੀਐਂਸੀ ਕੱਢਦੇ ਆ ਜਦੋਂ ਇਹ ਤਿੰਨੇ ਮਿਲ ਜਾਣਗੇ ਤਾਂ 36 ਤੇ 4 ਨੂੰ ਡਿਵਾਈਡ ਕੀਤਾ ਇਹਨਾਂ ਦੀ ਜਿਹੜੀ ਹਿੰਮਤ ਆ ਉਹ ਕਿੰਨੀ ਆ 9 ਚੋਕਾ 36 ਠੀਕ ਹੈ ਫਿਰ ਜਦੋਂ ਇਹ ਏ ਇਕੱਲਾ ਕਰਦਾ ਵਾ ਤਾਂ ਏ ਇਕੱਲੇ ਦੀ ਹਿੰਮਤ ਕਿੰਨੀ ਆ ਵਾਰੋ 3 ਆ 36 ਏ ਇਕੱਲੇ ਦੀ ਹਿੰਮਤ 3 ਨਾ ਮਤਲਬ ਏ ਇਕੱਲਾ ਤਿੰਨ ਹੀ ਕੰਮ ਕਰ ਸਕਦਾ ਇੰਨੇ ਦਿਨਾਂ ਚ ਠੀਕ ਹੈ ਉਸ ਤੋਂ ਬਾਅਦ ਬੀ ਦੀ ਹਿੰਮਤ ਦੇਖ ਲੈਂਦੇ ਆ ਬੀ ਦੀ ਹਿੰਮਤ 8 ਨੂੰ ਦੁਣਾ 36 ਤਾਂ ਬੀ ਦੀ ਹਿੰਮਤ ਆ 2 ਜਦੋਂ ਤਿੰਨੇ ਰਲ ਜਾਣਗੇ ਉਦੋਂ ਹਿੰਮਤ ਵੱਧ ਜਾਣੀ ਆ ਹਿੰਮਤ ਕਿੰਨੀ ਹੋਗੀ 9 ਮਤਲਬ ਇਹ ਕੰਮ ਵੀ ਵੱਧ ਕਰਨਗੇ ਹੁਣ A ਤੇ B ਦੀ ਇਕੱਲਿਆਂ ਦੀ ਹਿੰਮਤ ਆ ਜਿਹੜੀ ਉਹ ਕਿੰਨੀ ਬਣਦੀ ਆ 5 ਬਣਗੀ ਜਦੋਂ A ਤੇ B ਦੀ ਇਕੱਲਿਆਂ ਦੀ ਹਿੰਮਤ 5 ਬਣਗੀ ਤਾਂ ਇਹਨਾਂ ਤਿੰਨਾਂ ਦੀ ਹਿੰਮਤ 9 ਸੀ ਤਾਂ ਇਸ E ਦੀ ਕਿੰਨੀ ਰਹਿ ਗਈ ਦੇਖੋ A ਤੇ B ਦੀ ਵਿੱਚੋਂ ਹਿੰਮਤ 5 ਆ ਠੀਕ ਹੈ ਐਫੀਸ਼ੀਐਂਸੀ 5 ਆ ਕੰਮ ਕਰਨ ਦੀ ਤਾਂ ਤਿੰਨਾਂ ਦੀ ਮਿਲ ਕੇ 9 ਸੀਗੀ ਜਦੋਂ ਇਹ 9 ਚੋਂ 5 ਘਟਦੇ ਤਾਂ ਮੇ C ਦੀ ਮਗਰ ਕਿੰਨੀ ਰਹਿ ਗਈ 4 C ਦੀ ਮਗਰ 4 ਰਹਿ ਗਈ ਨਾ 36 ਨੂੰ ਮੈਂ 4 ਤੇ ਡਿਵਾਈਡ ਕੀਤਾ ਤੇ ਆ ਗਿਆ ਨੋ 9 ਚੋਕਾ 36 ਮਤਲਬ ਡੀ ਜਿਹੜਾ ਸੀ ਹੈ ਨਾ ਉਹ ਕੱਲਾ 9 ਦਿਨਾਂ ਚ ਕੰਮ ਖਤਮ ਕਰ ਦੂਗਾ ਤਾਂ ਆਪਸ਼ਨ ਨੰਬਰ ਇਥੇ ਡੀ ਰਾਈਟ ਆਨਸਰ ਹੈ ਨੈਕਸਟ ਹੈ ਜੀ ਹਾਂ ਜੀ ਅੱਗੇ ਤੁਹਾਨੂੰ ਇੱਕ ਗ੍ਰਾਫ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਸਾਹਮਣੇ ਆ ਠੀਕ ਹੈ ਗ੍ਰਾਫ ਨੂੰ ਅਸੀਂ ਪੜਨਾ ਤੇ ਜਿਹੜਾ ਕੁਝ ਉਹਨਾਂ ਨੇ ਪੁੱਛਿਆ ਉਹਨਾਂ ਦੇ ਆਨਸਰ ਦੱਸਣੇ ਆ ਦੇਖੋ ਇਹਦੇ ਵਿੱਚ ਉਹਨੇ ਕੀ ਬੋਲਿਆ ਵਾ ਜਦੋਂ ਅਸੀਂ ਗ੍ਰਾਫ ਨੂੰ ਦੇਖਦੇ ਆ ਤਾਂ ਉਹਨੇ ਬੋਲਿਆ ਕਿ ਕਿਸ ਮਹੀਨੇ ਕਿਸ ਮਹੀਨੇ ਉਪਭੋਗਤਾ ਮੁੱਲ ਸੂਚਕਾਂਕ ਵਿੱਚ ਪਿਛਲੇ ਮਹੀਨੇ ਦੀ ਬਜਾਏ ਸਭ ਤੋਂ ਵੱਧ ਨਿਰਪੇਖ ਅੰਤਰ ਰਿਹਾ ਵੀ ਕਿਹੜੇ ਮਹੀਨੇ ਜਿਹੜਾ ਗ੍ਰਾਫ ਆਸੀਂ ਦੇਖਦੇ ਆਂ ਜਦੋਂ ਉਪਭੋਗਤਾ ਮੁੱਲ ਦਿੱਤਾ ਹੋਇਆ ਤੁਹਾਨੂੰ ਕਿਹੜੇ ਮਹੀਨੇ ਪਿਛਲੇ ਮਹੀਨੇ ਦੀ ਬਜਾਏ ਸਭ ਤੋਂ ਵੱਧ ਨਿਰਪੇਖ ਅੰਤਰ ਰਿਹਾ ਤਾਂ ਆਪਾਂ ਦੇਖਦੇ ਆਂ ਕਿ ਕਿਹੜੇ ਮਹੀਨੇ ਪਿਛਲੇ ਮਹੀਨੇ ਦੀ ਬਜਾਏ ਸਭ ਤੋਂ ਵੱਧ ਦਾ ਜਿਹੜਾ ਗ੍ਰਾਫ ਉੱਪਰ ਨੂੰ ਗਿਆ ਕਿਉਂਕਿ ਲਾਈਨ ਗ੍ਰਾਫ ਦੇ ਵਿੱਚ ਤਾਂ ਇਹੀ ਦੇਖਾਂਗੇ ਨਾ ਉੱਪਰ ਨੂੰ ਗਿਆ ਹੀ ਵਧਿਆ ਵਧਣਾ ਕਿਉਂਕਿ ਏਸ ਇਨ ਲਾਈਨ ਗ੍ਰਾਫ ਦੇ ਵਿੱਚ ਕੀ ਆ ਕਿ 1993 ਵਿੱਚ ਜਨਵਰੀ ਤੋਂ ਜੁਲਾਈ ਤੱਕ ਉਪਭੋਗਤਾ ਮੁੱਲ ਸੂਚਕਾਂਕ ਦਿੱਤਾ ਹੋਇਆ ਠੀਕ ਹੈ ਇੰਡੈਕਸ ਦਿੱਤਾ ਹੋਇਆ ਵਾ ਉਪਭੋਗਤਾ ਦਾ ਪਰ ਜਦੋਂ ਅਸੀਂ ਦੇਖੀਏ ਤਾਂ ਉਹ ਨਹੀਂ ਬੋਲੇ ਕਿ ਕਿਹੜੇ ਮਹੀਨੇ ਸਭ ਤੋਂ ਵੱਧ ਵਾਧਾ ਹੋਇਆ ਵਾ ਤਾਂ ਦੇਖੋ ਇਸ ਮਹੀਨੇ ਕੋਈ ਵਾਧਾ ਨਹੀਂ ਹੋਇਆ ਬਰਾਬਰ ਰਿਹਾ ਤੀਸਰੇ ਮਹੀਨਿਆਂ ਕੇ ਹੇਠਾਂ ਡਿੱਗ ਪਿਆ ਗ੍ਰਾਫ ਮਤਲਬ ਘਟਾ ਪੈਣਾ ਸ਼ੁਰੂ ਹੋ ਗਿਆ ਪਰ ਜਦੋਂ ਅਸੀਂ ਚੌਥੇ ਮਹੀਨੇ ਤੇ ਜਾਈਏ ਅਪ੍ਰੈਲ ਤੇ ਤਾਂ ਸਭ ਨਾਲੋਂ ਜ਼ਿਆਦਾ ਵਾਧਾ ਤਾਂ ਇੱਥੇ ਹੀ ਹੋ ਜਾਣਾ ਗ੍ਰਾਫ ਸਿੱਧਾ ਇੱਧਰ ਨੂੰ ਗਿਆ ਸਿੱਧਾ ਹੀ ਵਧ ਗਿਆ 370 ਤੱਕ ਜਾ ਕੇ ਖੜਿਆ ਵਾ ਤਾਂ ਇਹ ਕਿੰਨਾ ਹੋ ਗਿਆ ਫਿਰ ਅਪ੍ਰੈਲ ਮਹੀਨਾ ਤਾਂ ਆਪਸ਼ਨ ਨੰਬਰ ਇੱਥੇ ਕਿਹੜੀ ਰਾਈਟ ਆਨਸਰ ਹੈ ਬੀ ਅੱਗੇ ਉਹਨੇ ਪੁੱਛਿਆ ਕਿ ਕਿਸ ਮਹੀਨੇ ਕਿਸ ਮਹੀਨੇ ਪਿਛਲੇ ਮਹੀਨੇ ਦੀ ਬਜਾਏ ਉਪਭੋਗਤਾ ਮੁੱਲ ਸੂਚਕਾਂਕ ਵਿੱਚ ਪ੍ਰਤੀਸ਼ਤ ਬਦਲਾਅ ਵਧ ਰਿਹਾ ਤੇ ਜੇ ਜੇ ਇਹਦੇ ਵਿੱਚ ਦੇਖੋ ਜਿਆਦਾ ਫਰਕ ਆ ਪਿਛਲੇ ਮਹੀਨੇ ਦੀ ਬਜਾਏ ਇਹਦੇ ਵਿੱਚ ਜਿਆਦਾ ਫਰਕ ਆ ਤਾਂ ਇਹ ਹੀ ਪ੍ਰਤੀਸ਼ਤ ਦੇ ਵਿੱਚ ਵੀ ਫਰਕ ਰਹੂਗਾ ਪ੍ਰਤੀਸ਼ਤ ਵੀ ਤਾਂ ਇਹਦੇ ਕੋਈ ਵੱਧ ਹੋਊਗੀ ਨਾ ਤਾਂ ਹੁਣ ਵੀ ਕਿਹੜਾ ਆਨਸਰ ਆਊਗਾ ਅਪ੍ਰੈਲ অপশন বি ਇਸ ਦਾ ਰਾਈਟ ਆਨਸਰ ਅੱਗੇ ਉਹਨੇ ਬੋਲਿਆ ਕਿ ਕਿੰਨੇ ਮਹੀਨੇ ਉਪਭੋਗਤਾ ਮੁੱਲ ਸੂਚਕਾਂਕ 350 ਤੋਂ ਵੱਧ ਰਿਹਾ ਹਾਂਜੀ ਕਿੰਨੇ ਮਹੀਨੇ 350 ਤੋਂ ਵੱਧ ਰਿਹਾ 350 ਤੋਂ ਵੱਧ ਦੇਖੋ ਕਿੰਨੇ ਮਹੀਨੇ ਰਿਹਾ 350 ਤੋਂ ਵੱਧ ਇੱਕ ਤਾਂ ਇਹ ਮਹੀਨਾ ਹੋ ਗਿਆ ਤੇ ਇੱਕ ਇਹ ਹੋ ਗਿਆ 1 ਅਪ੍ਰੈਲ ਦਾ ਮਹੀਨਾ ਤੇ 1 ਜੁਲਾਈ ਕਿੰਨੇ ਮਹੀਨੇ ਹੋ ਗਏ ਦੋ ਤਾਂ ਦੋ ਮਹੀਨੇ ਵੱਧ ਰਿਹਾ ਤਾਂ অপਸ਼ਨ ਮੈਂ ਇੱਥੇ ਬੀ ਲਗਾਤੀ ਠੀਕ ਹੈ ਨੈਕਸਟ ਕਿੰਨੇ ਮਹੀਨੇ ਉਪਭੋਗਤਾ ਮੁੱਲ ਸੂਚਕਾਂਕ ਦੇ ਵਿੱਚ ਕਮੀ ਆਈ ਹੁਣ ਦੇਖ ਲਈ ਨਾ ਗਿਰਾਵਟ ਕਿਹੜੇ ਕਿਹੜੇ ਮਹੀਨੇ ਆਈ ਹੈ ਕਿੰਨੇ ਮਹੀਨੇ ਗਰਵਟ ਆਈ ਆ ਦੇਖੋ ਤੁਸੀਂ ਪਹਿਲਾਂ ਤਾਂ ਇੱਥੋਂ ਜਾ ਕੇ ਡਿੱ ਗਿਆ ਪਹਿਲਾ ਮਹੀਨਾ ਹੀ ਹੋ ਗਿਆ ਫੇਰਾ 370 ਤੋਂ ਸਿੱਧਾ ਜਾ ਕੇ 325 ਤੇ ਡਿੱਗ ਪਿਆ ਤੇ ਦੂਜਾ ਹੀ ਹੋ ਗਿਆ ਗਰਵਟ ਦੋ ਵਾਰੀ ਗਰਵਟ ਥੱਲੇ ਡਿੱਗਿਆ ਨਾ ਤਾਂ ਗਰਵਟ ਵੀ ਦੋ ਵਾਰੀ ਆਈ ਆ ਤਾਂ ਆਪਸ਼ਨ ਨੰਬਰ ਇੱਥੇ ਕਿਹੜਾ ਰਾਈਟ ਹੋਊਗਾ ਆਪਸ਼ਨ ਇੱਥੇ ਰਾਈਟ ਹੋਊਗੀ ਦੋ ਮਹੀਨੇ ਆਪਸ਼ਨ ਬੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ